ਸਤਿ ਸ਼੍ਰੀ ਅਕਾਲ, ਮੈਂ ਹਾਂ ਅਮ੍ਰਿਤ ਵਿਰਦੀ ਅਤੇ ਜਸ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਖਾਸ ਅਤੇ ਵਿਲੱਖਣ ਸ਼ੋਅ ਪੰਜਾਬ ਬੋਲਦਾ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਅਸੀਂ ਇੱਕ ਨਵੀਂ ਸਮੱਸਿਆ ਦੀ ਗੱਲ ਕਰਦੇ ਹਾਂ ਅਤੇ ਪੰਜਾਬ ਦੇ ਲੋਕ ਕੀ ਕਹਿੰਦੇ ਨੇ ਉਹ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਅੱਜ ਪੰਜਾਬ ਬੋਲਦਾ ਦੇ ਵਿੱਚ ਗੱਲ ਕਰਾਂਗੇ ਸਭ ਤੋਂ ਵੱਡੀ ਸਮੱਸਿਆ ਦੀ। ਜਿਹੜੀ ਸਮੱਸਿਆ ਤਾਂ ਪੰਜਾਬ ਦੀ ਹੈ ਪਰ ਮਾਮਲਾ ਦਿੱਲੀ ਤੱਕ ਪਹੁੰਚ ਗਿਆ। ਗੱਲ ਕਿਸਾਨੀ ਦੀ ਕਰਾਂਗੇ। ਕਿਸਾਨੀ ਹਮੇਸ਼ਾ ਹੀ ਜਿਹੜੀ ਆ ਉਹ ਸਮੱਸਿਆਵਾਂ ਦੇ ਨਾਲ ਜੁੜੀ ਰਹੀ ਹੈ। ਉਹ ਕਿਸਾਨ ਕਰਜ਼ੇ ਦੀ ਗੱਲ ਹੋਵੇ, ਕਿਸਾਨਾਂ ਦੀ ਮੁਆਵਜ਼ਾ ਰਾਸ਼ੀ ਦੀ ਗੱਲ ਹੋਵੇ, ਫਸਲਾਂ ਦਾ ਸਮਰਥਨ ਮੁੱਲ ਦੀ ਗੱਲ ਹੋਵੇ, ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਵਾਉਣ ਜਿਹੀਆਂ ਬਹੁਤ ਸਾਰੀਆਂ ਅਜਿਹੀਆਂ ਮੰਗਾਂ ਨੇ ਜਿਹਨਾਂ ਤੋਂ ਲੈ ਕੇ ਸ਼ੁਰੂ ਤੋਂ ਹੀ ਕਿਸਾਨ ਜਥੇਬੰਦੀਆਂ ਸਰਕਾਰ ਦੇ ਨਾਲ ਜਿਹੜੀ ਆਰ ਪਾਰ ਦੀ ਲੜਾਈ ਲੜਦੀਆਂ ਰਹੀਆਂ ਨੇ। ਪਿੱਛੇ ਮੇਰੇ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਮੰਡੀਆਂ ਦੇ ਵਿੱਚ ਝੋਨੇ ਦਾ ਸੀਜ਼ਨ ਜਿਹੜਾ ਸ਼ੁਰੂ ਹੋ ਚੁੱਕਾ ਹੈ। ਪਰ ਝੋਨੇ ਦੇ ਸੀਜ਼ਨ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸਮੱਸਿਆ ਇਸ ਵੇਲੇ ਬਣੀ ਹੋਈ ਹੈ ਉਹ ਪਰਾਲੀ ਦੀ ਸਮੱਸਿਆ ਹੈ। ਇਹ ਝੋਨਾ ਤਾਂ ਮੰਡੀਆਂ ਦੇ ਵਿੱਚ ਆ ਰਿਹਾ ਹੈ ਪਰ ਪਰਾਲੀ ਦਾ ਧੂੰਆਂ ਜਿਹੜਾ ਹੈ ਉਹ ਸਰਕਾਰ ਦੇ ਨੱਕ ਨੂੰ ਚੜ੍ਹਨ ਨੂੰ ਤਿਆਰ ਹੈ। ਸਰਕਾਰ ਜਿਹੜੀ ਹੈ ਉਹ ਪਰਾਲੀ ਦਾ ਅਜੇ ਤੱਕ ਕੋਈ ਹੱਲ ਜਿਹੜਾ ਕਿਸਾਨਾਂ ਨੂੰ ਨਹੀਂ ਦੇ ਰਹੀ। ਸਰਕਾਰ ਵਾਰ ਵਾਰ ਇਹ ਗੱਲ ਜ਼ਰੂਰ ਕਹੀ ਜਾ ਰਹੀ ਹੈ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਜੁਰਮਾਨਾ ਲਗਾਇਆ ਜਾਵੇਗਾ, ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ। ਪਰ ਨਾ ਤਾਂ ਕਿਸਾਨਾਂ ਨੂੰ ਅਜੇ ਤੱਕ ਮੁਆਵਜ਼ਾ ਜਿਹੜਾ ਦਿੱਤਾ ਜਾ ਰਿਹਾ, ਨਾ ਹੀ ਠੋਸ ਹੱਲ ਕੱਢ ਕੇ ਦਿੱਤੇ ਜਾ ਰਹੇ ਨੇ, ਨਾ ਹੀ ਮਸ਼ੀਨਰੀ ਦਿੱਤੀ ਜਾ ਰਹੀ ਹੈ, ਸਿਰਫ ਸਲਾਹਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ। ਪੰਜਾਬ ਸਰਕਾਰ ਕੇਂਦਰ ਦੇ ਪਾਲੇ ਦੇ ਵਿੱਚ ਗੇਂਦ ਸੁੱਟ ਦਿੰਦੀ ਹੈ ਕਿ ਕੇਂਦਰ ਸਰਕਾਰ ਮੁਆਵਜ਼ਾ ਦੇਵੇ। ਸੋ ਇਸ ਹਾਲਾਤਾਂ ਦੇ ਵਿੱਚ ਕਿਸਾਨ ਕਿਹੜੀ ਸਥਿਤੀ ਦੇ ਵਿੱਚੋਂ ਗੁਜ਼ਰ ਰਹੇ ਨੇ, ਕਿਸਾਨਾਂ ਦਾ ਕੀ ਕਹਿਣਾ ਹੈ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਮਨਦੀਪ ਸਿੰਘ ਜੀ। ਮਨਦੀਪ ਸਿੰਘ ਜੀ, ਇਸ ਵੇਲੇ ਪਰਾਲੀ ਦਾ ਮੁੱਦਾ ਜਿਹੜਾ ਹੈ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਭਖਿਆ ਹੋਇਆ ਹੈ। ਸਰਕਾਰ ਨੇ ਕਹਿ ਦਿੱਤਾ ਕਿ ਕਿਸਾਨ ਪਰਾਲੀ ਨਹੀਂ ਸਾੜਨਗੇ, ਜੁਰਮਾਨਾ ਲਾਇਆ ਜਾਵੇਗਾ, ਤੇ ਕਿਸਾਨ ਦਾ ਕੀ ਹਾਲ ਹੈ ਇਸ ਵੇਲੇ? ਮੈਡਮ, ਇਹ ਪਰਾਲੀ ਦਾ ਜਿਹੜਾ ਜੀ ਅਸਲੀ ਹੱਲ ਤਾਂ ਮਤਲਬ ਸਰਕਾਰ ਕੋਲ ਕੋਈ ਹੈ ਨਹੀਂਗਾ। ਜਿਹੜੇ ਛੋਟੇ ਜ਼ਿਮੀਂਦਾਰ ਹੈ ਇਹਨਾਂ ਨੂੰ ਇਸਨੂੰ ਨਸ਼ਟ ਕਰਨ ਵਾਸਤੇ ਕਾਫੀ ਖਰਚਾ ਹੁੰਦਾ ਹੈ ਔਰ ਮਸ਼ੀਨਰੀ ਇੰਨੀ ਛੋਟੇ ਜ਼ਿਮੀਂਦਾਰ ਕੋਲ ਹੈ ਨਹੀਂਗੀ, ਉਸ ਕਰਕੇ ਕਾਫੀ ਮਤਲਬ ਪਰੇਸ਼ਾਨੀ ਹੈ ਜੀ। ਫਿਰ ਜਿਹੜੀ ਪਰਾਲੀ ਹੈ ਜੀ, ਇਹਨੂੰ ਵਾਹ ਕੇ ਦੁਬਾਰਾ ਸਿੰਚਾਈ ਕਰਨੀ ਪੈਂਦੀ ਹੈ, ਉਹਦੇ ਵਾਸਤੇ ਬਿਜਲੀ ਦੀ ਲੋੜ ਹੈ। ਸਰਕਾਰ ਇੰਨੀ ਬਿਜਲੀ ਵੀ ਨਹੀਂ ਦਿੰਦੀ, 30 ਦਿਨ ਲਾਈਟ ਆਉਂਦੀ ਹੈ 8-10 ਘੰਟੇ, ਮਤਲਬ ਉਸ ਕਰਕੇ ਕਾਫੀ ਪ੍ਰੋਬਲਮ ਹੈ ਜੀ। ਪਰਾਲੀ ਸਾੜਨਾ ਕਿਸਾਨ ਕਹਿੰਦੇ ਨੇ ਕਿ ਸਾਡਾ ਸ਼ੌਂਕ ਨਹੀਂ, ਸਾਡੀ ਮਜਬੂਰੀ ਹੈ ਜੀ। ਬਿਲਕੁਲ ਮਜਬੂਰੀ ਹੈ ਜੀ, ਸ਼ੌਂਕ ਤਾਂ ਹੈ ਨਹੀਂਗਾ, ਪਰ ਇਸ ਤੋਂ ਬਿਨਾਂ ਕੋਈ ਹੱਲ ਵੀ ਨਹੀਂ ਹੈ, ਮਤਲਬ ਹੈ ਜ਼ਿਮੀਂਦਾਰ ਨੂੰ ਬੜਾ ਔਖਾ ਜੀ। ਬਿਲਕੁਲ, ਜੇਕਰ ਤੁਸੀਂ ਪਰਾਲੀ ਨੂੰ ਨਹੀਂ ਸਾੜਦੇ ਤਾਂ ਤੁਹਾਨੂੰ ਕਿੰਨੀਆਂ ਮੁਸ਼ਕਿਲਾਂ ਸਹਿਣੀਆਂ ਪੈਂਦੀਆਂ? ਮੁਸ਼ਕਿਲ ਤਾਂ ਜੀ ਕਾਫੀ ਹੈ, ਇੱਕ ਤਾਂ ਫਸਲ ਦੇ ਕਣਕ ਲੇਟ ਬੀਜ ਹੋਊਗੀ ਜੀ, ਨੰਬਰ 2 4-5 ਹਜ਼ਾਰ ਰੁਪਏ ਕਿੱਲੇ ਦਾ ਖਰਚਾ ਫਾਲਤੂ ਹੈ। ਤੁਸੀਂ ਸਰਕਾਰ ਤੋਂ ਕੀ ਮੰਗ ਕੀਤੀ ਹੋਈ ਹੈ? ਮੰਗ ਤਾਂ ਇਹੀ ਹੈ ਜੀ, ਮਤਲਬ ਚਲੋ ਮਸ਼ੀਨਰੀ ਹੈ ਜਿਹੜੀ ਉਹ ਹੋਰ ਮਿਲਣੀ ਚਾਹੀਦੀ, ਵੱਧ ਸਾਧਨ ਪੂਰੇ ਨਹੀਂ ਹੈ, ਔਰ ਬਿਜਲੀ ਦੀ ਸਪਲਾਈ ਹੋਣੀ ਚਾਹੀਦੀ ਹੈ। ਚਲੋ ਜ਼ਿਮੀਂਦਾਰ ਖੇਤ ਸਿੰਚਾਈ ਕਰਕੇ ਦੁਬਾਰਾ ਰੌਣੀ ਕਰ ਲੈਣਗੇ। ਹਾਂਜੀ, ਕੀ ਨਾਮ ਹੈ ਜੀ? ਟਹਿਲ ਸਿੰਘ ਜੀ। ਟਹਿਲ ਸਿੰਘ ਜੀ, ਸਰਕਾਰ ਕਹਿੰਦੀ ਹੈ ਕਿ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਾਉਣਗੇ ਉਹਨਾਂ ਨੂੰ ਜੁਰਮਾਨਾ ਲਾਇਆ ਜਾਵੇਗਾ, ਉਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਿੰਡਾਂ ਦੇ ਵਿੱਚ ਸਰਕਾਰ ਨੇ ਨੋਡਲ ਅਫਸਰ ਜਿਹੜੇ ਭੇਜੇ ਆ ਉਹ ਨਿਗਰਾਨੀ ਰੱਖ ਰਹੇ ਨੇ, ਤਾਂ ਤੁਸੀਂ ਕੀ ਸੋਚਦੇ ਹੋ ਕਿ ਸਰਕਾਰ ਦਾ ਰਵੱਈਆ ਠੀਕ ਹੈ? ਨਹੀਂ ਜੀ, ਉਹ ਤਾਂ ਠੀਕ ਨਹੀਂ ਹੈ ਜੀ, ਹੁਣ ਪਰਾਲੀ ਨਾਲ ਅੱਗ ਲਾਉਣੀ ਤਾਂ ਮਜਬੂਰੀ ਹੈ ਜੀ ਸਾਰਿਆਂ ਦੀ। ਹਾਂਜੀ ਹਾਂਜੀ, ਡਰਦੇ ਲਾਉਂਦੇ ਨਹੀਂ ਲੋਕ, ਕਈ ਹੁਣ ਛੋਟੇ ਕਿਸਾਨ ਹੈ ਜੀ, ਕਿੱਲੇ 2 ਕਿੱਲੇ ਲੈਣਾ, ਉਹਨਾਂ ਕੋਲ ਟਰੈਕਟਰ ਵੀ ਨਹੀਂ, ਮਸ਼ੀਨਰੀ ਹੈ ਨਹੀਂ, ਉਹ ਕਰਨਗੇ ਕਿਆ? ਉਹਦੇ ਕਰਕੇ ਸਮੱਸਿਆ ਜੀ ਇਹ। ਅਸੀਂ ਬੜੀ ਵਾਰ ਦੇਖਿਆ ਕਿ ਕਿਸਾਨ ਵਾਰ ਵਾਰ ਇਹ ਗੱਲ ਕਹਿ ਰਹੇ ਨੇ ਕਿ ਸਾਡਾ ਸ਼ੌਂਕ ਨਹੀਂ, ਸਾਡੀ ਮਜਬੂਰੀ ਹੈ, ਅਤੇ ਪਰਾਲੀ ਸਾੜਨ ਦੇ ਨਾਲ ਸਾਨੂੰ ਵੀ ਬੜਾ ਨੁਕਸਾਨ ਹੁੰਦਾ ਕਿਉਂਕਿ ਸਾਡੀ ਜਿਹੜੀ ਉਪਜਾਊ ਸ਼ਕਤੀ ਉਹ ਵੀ ਘੱਟ ਹੋ ਜਾਂਦੀ ਹੈ, ਅਤੇ ਜੇਕਰ ਤੁਸੀਂ ਪਰਾਲੀ ਨੂੰ ਅੱਗ ਲਾਉਂਦੇ ਹੋ ਤਾਂ ਵੀ ਤੁਹਾਨੂੰ ਮੁਸ਼ਕਿਲ ਹੈ, ਨਹੀਂ ਲਗਾਉਂਦੇ ਤਾਂ ਵੀ ਤੁਹਾਨੂੰ ਮੁਸ਼ਕਿਲ? ਹਾਂ ਜੀ ਹਾਂ, ਫਿਰ ਤਾਂ ਮੁਸ਼ਕਿਲ ਹੈ ਜੀ, ਉਹਨੂੰ ਬਾਹਰ ਕੱਢਣ ਵਾਸਤੇ ਵੀ ਫਿਰ ਮਿਹਨਤ ਚਾਹੀਦੀ, ਮਜ਼ਦੂਰ ਚਾਹੀਦੇ ਆ ਬਾਹਰ ਕੱਢਣ ਨੂੰ, ਉਹਦੇ ਵੀ ਖਰਚਾ ਆਉਣਾ, ਪਰ ਇੰਨਾ ਫਿਰ ਲਾਉਣਾ ਵੀ ਕਿੱਥੇ ਜੀ ਉਹ ਖੇਤਾਂ 'ਚ, ਉਹਨੂੰ ਕੱਢ ਕੇ ਬਾਹਰ ਵੀ ਨਹੀਂ ਲਾ ਸਕਦੇ। ਹਾਂਜੀ, ਇਹਨੂੰ ਵਾਹੁਣ ਵਾਸਤੇ ਵੀ ਫਿਰ ਮਸ਼ੀਨਰੀ ਚਾਹੀਦੀ ਹੈ, ਬਾਕੀ ਉਹਦਾ ਡਬਲ 2-3 ਗੁਣਾ ਖਰਚਾ ਜਾ ਵੱਧ ਜਾਣਾ ਜੀ, 4-5 ਹਜ਼ਾਰ ਰੁਪਈਆ। ਇਹ ਗੱਲ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਪਰਾਲੀ ਦੇ ਧੂੰਏ ਦੇ ਵਾਸਤੇ ਸਿੱਧੇ ਤੌਰ 'ਤੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਕਿ ਪ੍ਰਦੂਸ਼ਣ ਜਿਹੜਾ ਹੁੰਦਾ ਹੈ ਉਹ ਪਰਾਲੀ ਦੇ ਨਾਲ ਹੁੰਦਾ ਹੈ। ਹਾਂਜੀ, ਪ੍ਰਦੂਸ਼ਣ ਤਾਂ ਹੋਰ ਵੀ ਬਥੇਰਾ ਫੈਕਟਰੀਆਂ ਦਾ ਹੋ ਰਿਹਾ ਜੀ, ਇਕੱਲਾ ਧੂੰਆਂ। ਹਾਂਜੀ ਹਾਂ, ਬਾਕੀ ਇਹੀ ਗੱਲ ਹੈ ਜੀ, ਹੋਰ ਤਾਂ ਕੋਈ ਨਹੀਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਭਜਨ ਸਿੰਘ ਜੀ। ਭਜਨ ਸਿੰਘ ਜੀ, ਸਰਕਾਰ ਕਹਿੰਦੀ ਹੈ ਕਿ ਦਿੱਲੀ ਤੱਕ ਧੂੰਆਂ ਪਹੁੰਚ ਗਿਆ ਹੈ, ਇਹਦੇ ਲਈ ਸਾਰੇ ਕਿਸਾਨ ਜ਼ਿੰਮੇਵਾਰ ਨੇ ਕਿਉਂਕਿ ਪ੍ਰਦੂਸ਼ਣ ਹੋ ਰਿਹਾ ਹੈ। ਠੀਕ ਹੈ, ਮਜ਼ਬੂਰੀ ਕਰਕੇ ਲਾ ਰਹੇ ਜੀ, ਹੋਰ ਤਾਂ ਕੋਈ ਬਾਤ ਨਹੀਂ, ਮਜ਼ਬੂਰ ਹੈ ਜੀ ਜ਼ਿੰਮੇਦਾਰ। ਹਾਂ, ਤਾਂ ਲਾ ਰਹੇ। ਮਸ਼ੀਨਰੀ ਨਹੀਂ ਮਿਲੀ ਕੋਈ? ਨਾ, ਕੋਈ ਨਹੀਂ ਮਿਲੀ। ਮੁਆਵਜ਼ਾ? ਮੁਆਵਜ਼ਾ ਕੋਈ ਨਹੀਂ ਮਿਲਿਆ ਜੀ। ਹਾਂ, ਕੋਈ ਮੁਆਵਜ਼ਾ ਨਹੀਂ ਮਿਲਿਆ। ਇਸੇ ਕਰਕੇ ਤੁਸੀਂ ਪਰਾਲੀ ਨੂੰ? ਹਾਂ ਹਾਂ ਜੀ ਹਾਂ ਜੀ। ਤੇ ਜੇ ਤੁਹਾਨੂੰ ਸਰਕਾਰ ਕੋਈ ਹੱਲ ਦੇ ਦੇਵੇ ਤਾਂ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਫਿਰ ਤੁਸੀਂ ਪਰਾਲੀ ਨੂੰ ਅੱਗ ਦੇ ਹਵਾਲੇ ਨਹੀਂ ਕਰੋ? ਨਹੀਂ ਲਾਣਗੇ। ਹਾਂ, ਹਾਂ, ਮੁਆਵਜ਼ਾ ਦੇ ਮੈਨੂੰ ਕੋਈ, ਫਿਰ ਤਾਂ ਫਿਰ ਕੱਲ੍ਹ ਲਾਵਾਂਗੇ ਜੇ ਮੈਨੂੰ ਮੁਆਵਜ਼ਾ ਮਿਲ ਗਿਆ ਜੀ। ਹਾਂਜੀ ਹਾਂਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਨਾਮ ਹੈ? ਜਸਵਿੰਦਰ ਸਿੰਘ ਹੈ। ਜਸਵਿੰਦਰ
ਬਹੁਤ ਮੁਸ਼ਕਲ ਹੋ ਗਿਆ ਉਹਦੇ ਪਰ ਖਰਚਾ ਬਹੁਤ ਆ ਰਿਹਾ ਫਿਰ ਸਾਨੂੰ ਹੁਣ ਦੁਬਾਰੇ ਫਿਰ ਬਿਜਲੀ ਦੀ ਵੀ ਲੋੜ ਹੈ ਫਿਰ ਸਾਨੂੰ ਬਿਜਲੀ ਖੁੱਲ੍ਹੀ ਚਾਹੀਦੀ ਵੀ ਜੇ ਅਸੀਂ ਰੌਣੀ ਕਰਨਗੇ ਫਿਰ ਸਾਡੀ ਲੇਟ ਹੁੰਦੀ ਹੈ ਸਮਕਾਂ ਇਹਦੇ ਗੱਲ ਸਮਕਾਂ ਸਾਡੀ ਬਿਜਾਈ ਹੋ ਸਕਦੀ ਹੈ ਹੁਣ ਨਾ ਤਾਂ ਸਾਡੇ ਕੋਲ ਮਸ਼ੀਨਰੀ ਹੈ ਨਾ ਕੋਈ ਸਾਡੇ ਕੋਲ ਹੋਰ ਕੋਈ ਚਾਰਾ ਸਾਡੇ ਕੋਲ ਖਰਚਾ ਬਹੁਤ ਆ ਰਿਹਾ ਕੀ ਲੱਗਦਾ ਹੈ ਕਿ ਜਿੰਨਾ ਵੀ ਇਸ ਸਾਡੇ ਵਾਤਾਵਰਨ ਦੇ ਵਿੱਚ ਪ੍ਰਦੂਸ਼ਣ ਹੋ ਰਿਹਾ ਕਿ ਸਿਰਫ ਕਿਸਾਨ ਜ਼ਿੰਮੇਵਾਰ ਨੇ ਕਿਸਾਨ ਨੂੰ ਤਾਂ ਉਂਝੋਂ ਪਰੇਸ਼ਾਨ ਕਰ ਰਹੇ ਹੈ ਜੀ ਇਹ ਤਾਂ ਹੁਣ ਜਾਂ ਫੈਕਟਰੀਆਂ ਦਾ ਧੂੰਆਂ ਉਹ ਦੇਖ ਲਓ ਕਿੰਨਾ ਪ੍ਰਦੂਸ਼ਣ ਕਰ ਰਿਹਾ ਉਹਨਾਂ ਪਰ ਤਾਂ ਰੋਕ ਨਹੀਂ ਲਾਉਂਦੇ ਕਿੰਨੇ ਕਿੰਨੇ ਚਿਰ ਧੂੰਆਂ ਰਹਿਣਾ ਇਹ ਹੈਂ ਉਹਨਾਂ ਪਰ ਵੀ ਪਾਬੰਦੀ ਲਾਉਣ ਉਹਨਾਂ ਦਾ ਬੰਦ ਕਰਨ ਧੂੰਆਂ ਹਾਂ ਕਿਸਾਨਾਂ ਨੂੰ ਤਾਂ ਕਹੀ ਜਾਂਦੇ ਵੀ ਤੁਸੀਂ ਪਰਾਲੀ ਨਾ ਸਾੜੋ ਵੀ ਅਸੀਂ ਤੁਹਾਡੇ ਪਰ ਕਾਰਵਾਈ ਕਰੂੰਗੇ ਅਸੀਂ ਤੁਹਾਡੇ ਬਣ ਦੀ ਕਾਰਵਾਈ ਕਰੂੰਗੇ ਤੁਹਾਡੇ ਕਨੈਕਸ਼ਨ ਵੀ ਕੱਢ ਦੂੰਗੇ ਅਸੀਂ ਸਬਸਿਡੀ ਵੀ ਬੰਦ ਕਰੂੰਗੇ ਫਲਾਣਾ ਵੀ ਕਰੂੰਗੇ ਇਹਨਾਂ ਨੇ ਕਿਹਾ ਬਹੁਤ ਕੁਛ ਹੈਂ ਫਿਰ ਹੁਣ ਦੱਸ ਜ਼ਿਮੀਦਾਰ ਕਿਆ ਕਰੇ ਮਜਬੂਰ ਹੈ ਜ਼ਿਮੀਦਾਰ ਨੂੰ ਮੁਆਵਜ਼ਾ ਦੇਣ ਮਸ਼ੀਨਰੀ ਦੇਣ ਅਸੀਂ ਨਹੀਂ ਆਪੇ ਹਟ ਜੂੰਗੇ ਪੰਜਾਬ ਸਰਕਾਰ ਨੇ ਮੁਆਵਜ਼ੇ ਦੀ ਗੱਲ ਜਿਹੜੀ ਹੈ ਕੇਂਦਰ ਸਰਕਾਰ ਦੇ ਪੱਲੇ ਸੁੱਟਦੀ ਹੈ ਕਿ ਜੇਕਰ ਦਿੱਲੀ ਸਰਕਾਰ ਮੁਆਵਜ਼ਾ ਦੇਵੇਗੀ ਤਾਂ ਹੀ ਕਿਸਾਨਾਂ ਦਾ ਕੋਈ ਹੱਲ ਹੋ ਸਕਦਾ ਹੈ ਪਰ ਕੀ ਲੱਗਦਾ ਕਿ ਜੇਕਰ ਕੇਂਦਰ ਸਰਕਾਰ ਮਦਦ ਨਹੀਂ ਕਰਦੀ ਤਾਂ ਕਿਸਾਨਾਂ ਦੀ ਬਾਂਹ ਕੌਣ ਫੜੇਗਾ ਦੇਖੋ ਜੀ ਹੁਣ ਜਿਹੜੇ ਉਰੇ ਆਪਣੇ ਮੁੱਖ ਮੰਤਰੀ ਹੈ ਕੈਪਟਨ ਸਿੰਘ ਮੁੱਖ ਮੰਤਰੀ ਇਹਨਾਂ ਨੂੰ ਵੀ ਚਾਹੀਦਾ ਇਹ ਆਪ ਦਿੱਲੀ ਗੱਲ ਕਰਨ ਮਸ਼ੀਨਰੀ ਮੰਗਵਾਉਣ ਜਿਵੇਂ ਮਰਜ਼ੀ ਮੁਆਵਜ਼ਾ ਦਿਵਾਉਣ ਸਾਡਾ ਤਾਂ ਹੀ ਮਸਲਾ ਹੱਲ ਹੋ ਸਕਦਾ ਜੀ ਇੰਨਾ ਖਰਚਾ ਅਸੀਂ ਕਿੱਥੋਂ ਕਰੂੰਗੇ ਹਾਂਜੀ ਹੁਣ ਚਾਰ ਚਾਰ ਵਾਰ ਵਾਹੀ ਕਰਕੇ ਜੀ ਤਾਂ ਵੀ ਨਹੀਂ ਲੋਟ ਆ ਰਿਹਾ ਕੰਮ ਹਾਂਜੀ ਸੋ ਬਿਲਕੁਲ ਕਿਸਾਨਾਂ ਨੇ ਇਹੀ ਗੱਲ ਕਹੀ ਹੈ ਕਿ ਪਰਾਲੀ ਸਾੜਨਾ ਜਿਹੜਾ ਉਹਨਾਂ ਦਾ ਸ਼ੌਂਕ ਨਹੀਂ ਹੈ ਬਲਕਿ ਮਜਬੂਰੀ ਹੈ ਪਰਾਲੀ ਸਾੜਨ ਦੇ ਨਾਲ ਉਹਨਾਂ ਨੂੰ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਆਉਂਦੀਆਂ ਨੇ ਉਹਨਾਂ ਦੇ ਪਰਿਵਾਰ ਵਾਲੇ ਨੇ ਉਹਨਾਂ ਦੇ ਪਿੰਡ ਵਾਲੇ ਵੀ ਨੇ ਜਿਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ ਪਰ ਗੱਲ ਇਹੀ ਹੈ ਕਿ ਸਰਕਾਰ ਵੱਲੋਂ ਅਜੇ ਤੱਕ ਕੋਈ ਪੁਖਤਾ ਹੱਲ ਨਹੀਂ ਕੀਤੇ ਜਾ ਰਹੇ ਇਸੇ ਕਰਕੇ ਜਿਹੜਾ ਇਹਨਾਂ ਨੂੰ ਮਜਬੂਰਨ ਪਰਾਲੀ ਨੂੰ ਅੱਗ ਦੇ ਹਵਾਲੇ ਕਰਨਾ ਪੈਂਦਾ ਅਤੇ ਉਹ ਵੀ ਗੱਲ ਇਹਨਾਂ ਨੇ ਵਾਰ ਵਾਰ ਕਹੀ ਹੈ ਕਿ ਸਿਰਫ ਕਿਸਾਨ ਜਿਹੜਾ ਹੈ ਉਹ ਵਾਤਾਵਰਨ ਦੇ ਵਿੱਚ ਜਿਹੜਾ ਪ੍ਰਦੂਸ਼ਣ ਫੈਲਿਆ ਉਹਦੇ ਲਈ ਜ਼ਿੰਮੇਵਾਰ ਨਹੀਂ ਨੇ ਗੱਡੀਆਂ ਨੇ ਸ਼ਹਿਰਾਂ ਦੇ ਵਿੱਚ ਏਸੀ ਜਿਹੜੇ ਲੱਗੇ ਹੋਏ ਨੇ ਸ਼ਹਿਰਾਂ ਦੇ ਵਿੱਚ ਹੋਰ ਜਿਹੜੀ ਇੰਡਸਟਰੀ ਲੱਗੀ ਹੋਈ ਹੈ ਉਹ ਵੀ ਬਰਾਬਰ ਦੀ ਜ਼ਿੰਮੇਵਾਰ ਹੈ ਇਸ ਕਰਕੇ ਜੇਕਰ ਕਾਰਵਾਈ ਹੋਣੀ ਚਾਹੀਦੀ ਹੈ ਉਹ ਸਾਰਿਆਂ 'ਤੇ ਹੋਣੀ ਚਾਹੀਦੀ ਨਾ ਕਿ ਸਿਰਫ ਕਿਸਾਨਾਂ ਨੂੰ ਟਾਰਗੇਟ ਕੀਤਾ ਜਾਣਾ ਚਾਹੀਦਾ ਹੋਰ ਵੀ ਕਿਸਾਨਾਂ ਦੇ ਨਾਲ ਗੱਲਬਾਤ ਕਰਾਂਗੇ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ ਅਤੇ ਪੰਜਾਬ ਬੋਲਦਾ ਦੇ ਵਿੱਚ ਅੱਜ ਸੂਬੇ ਦਾ ਅੰਨਦਾਤਾ ਬੋਲ ਰਿਹਾ ਹੈ ਕਿਸਾਨ ਬੋਲ ਰਿਹਾ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਇਸ ਵੇਲੇ ਪਰਾਲੀ ਦਾ ਮੁੱਦਾ ਜਿਹੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਸਰਕਾਰ ਸਿੱਧੇ ਤੌਰ 'ਤੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਿਹੜਾ ਮੁਆਵਜ਼ਾ ਉਹਨਾਂ ਨੂੰ ਜਿਹੜੀ ਮਸ਼ੀਨਰੀ ਉਪਲਬਧ ਨਹੀਂ ਕਰਵਾਈ ਜਾ ਰਹੀ ਇਸੇ ਕਰਕੇ ਮਜਬੂਰਨ ਉਹਨਾਂ ਨੂੰ ਪਰਾਲੀ ਨੂੰ ਅੱਗ ਦੇ ਹਵਾਲੇ ਕਰਨਾ ਪੈ ਰਿਹਾ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜਸਵੀਰ ਸਿੰਘ ਸਾਬਕਾ ਸਰਪੰਚ ਪਹਿਲਾਂ ਜੀ ਸਰਕਾਰ ਕਹਿ ਰਹੀ ਹੈ ਕਿ ਕਾਰਵਾਈ ਹੋਵੇਗੀ ਜੁਰਮਾਨਾ ਲਗਾਇਆ ਜਾਵੇਗਾ ਕੇਂਦਰ ਤੱਕ ਕਹਿ ਰਹੇ ਕਿ ਮੁਆਵਜ਼ਾ ਦਿੱਤਾ ਜਾਵੇ ਪਰ ਕਿਸਾਨਾਂ ਦੀ ਸਥਿਤੀ ਇਸ ਵੇਲੇ ਕੀ ਹੈ ਕਿਸਾਨਾਂ ਦੇ ਉੱਪਰ ਕੀ ਬੀਤ ਰਹੀ ਹੈ ਕਿ ਜਿਹੜਾ ਉਹਨਾਂ ਨੂੰ ਪਰਾਲੀ ਨੂੰ ਅੱਗ ਦੇ ਹਵਾਲੇ ਕਰਨਾ ਪੈ ਰਿਹਾ ਨਹੀਂ ਉਹ ਤਾਂ ਬਹੁਤ ਬੁਰਾ ਹਾਲ ਹੈ ਮੈਡਮ ਜੀ ਇੱਕ ਤਾਂ ਡੀਜ਼ਲ ਦਾ ਰੇਟ ਬਹੁਤ ਵੱਧ ਗਿਆ ਜੀ ਸਭ ਤੋਂ ਵੱਡੀ ਪ੍ਰੋਬਲਮ ਤਾਂ ਇਹ ਆਉਣੀ ਹੈ ਜੀ ਅਤੇ ਜਿਹੜੀਆਂ ਮਸ਼ੀਨਾਂ 'ਤੇ SMS ਲਾਏ ਆ ਉਹ ਵੀ ਫੇਲ ਆ ਜੀ ਮਸ਼ੀਨਾਂ ਲੋਡ ਮੰਨ ਰਹੀਆਂ ਅਤੇ ਵਾਢੀ ਨਹੀਂ ਹੋ ਰਹੀ ਜੀ ਜੇ 20 ਕਿੱਲੇ ਕੱਟਦੀ ਤਾਂ 10 ਪਰੇ ਆ ਗਏ ਜੀ ਵਾਢੀਆਂ ਵੀ ਲੇਟ ਹੋ ਰਹੀਆਂ ਜੀ ਅਤੇ ਖਰਚੇ ਵੀ ਵੱਧ ਗਏ ਜੀ ਬਹੁਤ ਜ਼ਿਆਦਾ ਅਤੇ ਜਿਹੜਾ ਇਹਨਾਂ ਨੇ ਰੇਟ ਦਿੱਤਾ 200 ਰੁਪਇਆ ਬਿਲਕੁਲ ਘੱਟ ਹੈ ਵੀ ਜਿਹੜੀ ਸੈਂਟਰ ਤੋਂ ਜਾ ਜਾ ਕੇ ਪੈਸੇ ਮੰਗ ਰਹੇ ਆ ਉੱਥੇ ਤਰਲੇ ਕਰ ਰਹੇ ਹਾਂ ਜੀ ਅੱਗੇ ਕੋਈ ਪੈਸਾ ਨਹੀਂ ਦੇ ਰਹੇ ਮਸ਼ੀਨਾਂ ਇਹਨਾਂ ਨੇ ਬੁੱਕ ਕਰ ਲਿਆ ਕਿਸਾਨਾਂ ਨੂੰ ਕੁਛ ਨਹੀਂ ਦਿੱਤੀਆਂ ਥੋੜ੍ਹੇ ਪਰਸੈਂਟ ਦਿੱਤੀਆਂ ਜੀ ਰੌਲਾ ਜ਼ਿਆਦਾ ਆ ਜੀ ਦਿੱਲੀ ਸਰਕਾਰ ਨੇ ਵੀ ਕਹਿ ਦਿੱਤਾ ਹੈ ਕਿ ਜਿਹੜੀ ਦਿੱਲੀ ਦੀ ਆਬੋ ਹਵਾ ਖਰਾਬ ਹੋ ਰਹੀ ਹੈ ਉਹਦੇ ਲਈ ਪੰਜਾਬ ਦਾ ਪ੍ਰਦੂਸ਼ਣ ਜ਼ਿੰਮੇਵਾਰ ਹੈ ਸੋ ਕੀ ਲੱਗਦਾ ਹੈ ਕਿ ਸਿਰਫ ਇਹ 3 ਮਹੀਨਿਆਂ ਦੇ ਵਿੱਚ ਜਿਹੜੀ ਪਰਾਲੀ ਸਾੜੀ ਜਾਂਦੀ ਹੈ ਇਕੱਲੀ ਉਹੀ ਜ਼ਿੰਮੇਵਾਰ ਹੈ ਪ੍ਰਦੂਸ਼ਣ ਲਈ ਨਹੀਂ ਜੀ ਸਿਰਫ 15 ਦਿਨ ਦਾ ਜ਼ਿਮੀਂਦਾਰਾਂ ਦਾ ਜਿਹੜਾ ਪ੍ਰਦੂਸ਼ਣ ਹੈ 15 ਦਿਨ ਦਾ ਜੀ ਅਤੇ ਬਾਕੀ ਜਿਤਨੇ ਦਿਨ ਆ 300 ਮਤਲਬ 50 ਦਿਨ ਰਹਿ ਗਏ ਇਹ ਪ੍ਰਦੂਸ਼ਣ ਗੱਡੀਆਂ ਦਾ ਫੈਕਟਰੀਆਂ ਦਾ ਹੈ ਜੀ ਇਹ ਜਿਹੜਾ ਪੈਂਟ ਕੋਕ ਫੂਕਦਿਆਂ ਫੈਕਟਰੀਆਂ ਉਹਦਾ ਪ੍ਰਦੂਸ਼ਣ ਹੈ ਜ਼ਿਮੀਂਦਾਰ ਦਾ ਕੋਈ ਪ੍ਰਦੂਸ਼ਣ ਨਹੀਂ 15 ਦਿਨ ਦਾ ਜੀ ਇਹ ਜ਼ਿਮੀਂਦਾਰ 'ਤੇ ਥੋਪਿਆ ਜਾ ਰਿਹਾ ਜੀ ਹਰ ਸਾਲ ਹੀ ਅਸੀਂ ਦੇਖਦੇ ਹਾਂ ਜਦੋਂ ਹੀ 1 ਅਕਤੂਬਰ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਉਦੋਂ ਤੋਂ ਹੀ ਪਰਾਲੀ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਅਜੇ ਵੀ ਕਿਹਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਕਿ ਪਿੰਡਾਂ ਨੂੰ ਮਸ਼ੀਨਰੀ ਭੇਜੀ ਜਾ ਰਹੀ ਹੈ ਕੁਛ ਨਹੀਂ ਹੋ ਰਿਹਾ ਜੀ ਸਿਰਫ ਜ਼ਿਮੀਂਦਾਰਾਂ 'ਤੇ ਜ਼ੋਰ ਹੈ ਇਹਨਾਂ ਦਾ ਜੀ ਉਹਨਾਂ ਨੂੰ ਘਸਾਉਣ ਲੱਗੇ ਹੋਏ ਆ ਜੀ ਕੋਈ ਫੈਕਟਰੀਆਂ ਦੇ ਅੱਗੇ ਨਹੀਂ ਬੋਲਦਾ ਜੀ ਫੈਕਟਰੀਆਂ ਵਾਲੇ ਪ੍ਰਦੂਸ਼ਣ ਕਰ ਰਿਹਾ ਸਾਰਾ ਜੀ ਆਹ ਦੇਖ ਲਓ ਜਿੰਨੇ ਦਰਿਆ ਗੰਦੇ ਕਿਹਨੇ ਕੀਤੇ ਆ ਜੀ ਉਹ ਜ਼ਿਮੀਂਦਾਰਾਂ ਨੇ ਕੀਤੇ ਆ ਜੀ ਦਰਿਆ ਜਿੰਨੇ ਸਾਰੇ ਫੈਕਟਰੀ ਵਾਲਿਆਂ ਨੇ ਕੀਤੇ ਸ਼ਰਾਬ ਵਾਲਿਆਂ ਨੇ ਜੀ ਰਾਣਾ ਗਰਜੀਤ ਦੇ ਦੇਖ ਲਓ ਜਿਹਨੇ ਕਿੰਨੇ ਫੈਕਟਰੀ ਦਰਿਆ ਗੰਦੇ ਕਰਤੇ ਸ਼ਰਾਬ ਫੈਕਟਰੀ ਨਾਲ ਇਹ ਜ਼ਿਮੀਂਦਾਰ ਤਾਂ ਬਿਲਕੁਲ ਗਲਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਕੀ ਨਾਮ ਹੈ ਜੀ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਜੀ
हर गल दे लई किसान नूं जिम्मेवार ठहरा दिता जांदा है। किसानां दीआं बहुत सारियां मंगां सी शुरू तों देखिआ, चाहे उह कर्जा माफ़ी दी मंग होवे, स्वामीनाथन कमिशन दी रिपोर्ट दी मंग होवे, बहुत सारियां मंगां जिहड़ियां है इह किसानां दीआं इसे तरहां लटक रहीआं ने। की कहना चाहोगे? ठीक है जी, ठीक। ਆਪਣੇ ਜੀ ਕਿਹੜੇ SMS ਲਾਏ ਆ ਜੀ, ਉਹ ਜੇ ਚਲਾਉਂਦੇ ਆ ਮਸ਼ੀਨ ਲੋਡ ਲੈਂਦੀ ਹੈ ਜੀ, ਦਾਣੇ ਵੀ ਮਾਰਦੀ ਹੈ ਜੀ, ਜਾਣੀ ਕਿ ਕੋਈ ਇੰਨਾ ਵਧੀਆ ਉਹ ਨਹੀਂ ਜੀ ਹੈਗਾ। ਜ਼ਿਮੀਂਦਾਰ ਬਹੁਤ ਹੈਰਾਨ ਹੋ ਰਿਹਾ ਵੀ ਕਿਹੜੀ ਚੀਜ਼ 'ਤੇ ਵਧਾਈਏ, ਬਿਨਾਂ SMS 'ਤੇ ਵਧਾਈਏ, ਇੱਕ ਦੂਜੇ 'ਤੇ ਵਧਾਈਏ, ਉਹ ਕਦੇ ਤਾਰਨਾ ਪੈਂਦਾ ਜੀ, ਕਦੇ ਲਾਉਣਾ ਪੈਂਦਾ, ਜਾਣੀ ਬਹੁਤ ਮਸ਼ੀਨਰੀ ਨੂੰ ਪ੍ਰੋਬਲਮ ਹੈ ਜੀ। ਜਿਹੜੀ ਪਰਾਲੀ ਸਾੜਨ ਦੇ ਕਰਕੇ ਸਰਕਾਰ ਨੇ ਕਿਹਾ ਕਿ ਜੁਰਮਾਨਾ ਲਾਇਆ ਜਾਊਗਾ ਹੁਣ ਕਿਸਾਨਾਂ ਨੂੰ, ਉਹ ਤੁਸੀਂ ਕੀ ਸਮਝਦੇ ਹੋ? ਉਹ ਵੀ ਮਾੜਾ ਜੀ, ਜੇ ਪਰਾਲੀ ਉਹ ਪੂਛ ਵਾਲੀ ਨੂੰ ਇਹ ਅੱਗ ਲਾਉਣ ਦੇ ਦੇਣ, ਜਿਹੜੀ ਪਿੱਛੇ ਪੂਛ ਦੇ ਉਹ ਸਿੱਟਦੇ ਜੀ, ਇੰਨੇ ਨਾਲੇ ਮਸਲਾ ਹੱਲ ਹੁੰਦਾ ਜੀ। ਹੁਣ ਸਾਰੀ ਪਰਾਲੀ ਨੂੰ ਜ਼ਿਮੀਂਦਾਰ ਕੁਛ ਨਹੀਂ ਕਰ ਸਕਦਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ? ਗੁਰਨੈਬ ਸਿੰਘ ਹੈ ਜੀ। ਗੁਰਨੈਬ ਸਿੰਘ ਜੀ, ਜਦੋਂ ਤੋਂ ਇਹ ਝੋਨੇ ਦੀ ਸ਼ੁਰੂ ਹੋ ਜਾਂਦੀ ਹੈ ਸੀਜ਼ਨ, ਇੱਕ ਪਾਸੇ ਤਾਂ ਮੰਡੀਆਂ 'ਚ ਖੱਜਲ ਹੋਣਾ ਪੈਂਦਾ ਕਿਸਾਨਾਂ ਨੂੰ, ਦੂਜੇ ਪਾਸੇ ਪਰਾਲੀ ਨੂੰ ਵੀ ਸਾੜਨਾ ਪੈਂਦਾ, ਪਰ ਉਸ ਪਰਾਲੀ ਨੂੰ ਸਾੜਨ ਦੇ ਬਦਲੇ ਵੀ ਹੁਣ ਸਰਕਾਰ ਨੇ ਕਹਿ ਦਿੱਤਾ ਹੈ ਕਿ ਕਾਰਵਾਈ ਕੀਤੀ ਜਾਵੇਗੀ। ਸੋ ਕੀ ਲੱਗਦਾ ਹੈ ਕਿ ਕਮੀ ਕਿੱਥੇ ਰਹਿ ਰਹੀ ਹੈ? ਸਰਕਾਰ ਵੱਲੋਂ ਮਸ਼ੀਨਰੀ ਨਹੀਂ ਉਪਲਬਧ ਕਰਵਾਈ ਜਾ ਰਹੀ ਜਾਂ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ? ਨਾ ਸਾਨੂੰ ਮੁਆਵਜ਼ਾ ਮਿਲ ਰਿਹਾ ਜੀ, ਨਾ ਸਾਨੂੰ ਕੋਈ ਮਸ਼ੀਨਰੀ ਮਿਲ ਰਹੀ ਹੈ ਜੀ। ਅਸੀਂ ਅੱਗੇ ਲਾਉਂਗੇ, ਕਿਆ ਕਰ ਸਕਦੇ ਜੀ, ਬਾਕੀ ਦੱਬ ਕੇ ਮਾਰਦੇ ਸਾਨੂੰ ਜੀ, ਕਹਿੰਦੇ ਵੀ ਐਂ ਕਨੈਕਸ਼ਨ ਕੱਟ ਦੂੰਗੇ ਜਾਂ ਜੋ ਵੀ ਹੈ ਜੁਰਮਾਨਾ ਪਾ ਦੂੰਗੇ। ਜ਼ਿਮੀਂਦਾਰ ਤਾਂ ਪਹਿਲੇ ਥੱਲੇ ਆਇਆ ਬਾਈ ਮਰਿਆ ਹੋਵੇ, ਹੁਣ ਦੱਸੋ ਤੁਸੀਂ, ਹੁਣ ਸਾਡੇ ਤਾਂ ਇਹੀ ਹੈ ਜੀ। ਬਾਕੀ ਦੇ ਲਓ ਫੈਕਟਰੀਆਂ ਤਾਂ ਇੰਨੀ ਫੈਕਟਰੀ ਚੱਲਦੀ, ਕੋਈ ਰੋਕਦਾ ਨਹੀਂ ਹੈ ਜੀ। ਇਹਦਾ ਹੁਣ 10 ਦਿਨਾਂ ਕੰਮ ਹੈ ਜੀ ਜ਼ਿਮੀਂਦਾਰ ਦਾ ਜੀ, ਉਹਦੇ ਬਾਅਦ ਤਾਂ ਕੋਈ ਹੈ ਨਹੀਂ ਜ਼ਿਮੀਂਦਾਰ ਦਾ, ਕੋਈ ਧੂਆਂ ਨਹੀਂ ਕੁਛ ਨਹੀਂ ਹੈ ਜੀ। ਜੇਕਰ ਤੁਸੀਂ ਪਰਾਲੀ ਨੂੰ ਅੱਗ ਲਗਾਉਂਦੇ ਹੋ ਤਾਂ ਤੁਹਾਡੀ ਜ਼ਮੀਨ 'ਤੇ ਕਿੰਨਾ ਕਸਰ ਪੈਂਦਾ? ਕਸਰ ਪੈਂਦਾ ਹੀ ਹੈ ਜੀ, ਬਹੁਤ ਕਸਰ ਪੈਂਦਾ ਜੀ, ਇਸ ਕਰਕੇ ਸਾਰੇ ਹੋ ਜਾਂਦਾ ਜੀ। ਹਾਂਜੀ, ਉਪਚਕੜ ਜੀ। ਹਾਂਜੀ, ਜੇਕਰ ਤੁਸੀਂ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ਤਾਂ ਫਿਰ ਤੁਹਾਨੂੰ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ? ਇਹ ਹੁਣ ਨਾ ਤਾਂ ਜ਼ਮੀਨ ਬਣਦੀ ਹੈ ਜੀ, ਇੱਕ ਹੁਣ ਡੀਜ਼ਲ ਮਹਿੰਗਾ ਹੋ ਗਿਆ, ਤੁਹਾਨੂੰ ਪਤਾ ਹੀ ਹੁਣ ਕਿੱਥੇ ਰੇਟ ਪਹੁੰਚ ਗਏ ਜੀ, ਅਸੀਂ ਕਰ ਨਹੀਂ ਸਭ ਕੁਛ ਸਕਦੇ, ਸਾਡੀ ਮਜਬੂਰੀ ਸਮਝੋ ਜੀ ਬਸ, ਇਸ ਕਰਕੇ। ਅਤੇ ਸਰਕਾਰ ਤੋਂ ਮੰਗ ਕੀ ਕਰਦੀ? ਸਰਕਾਰ ਤੋਂ ਹੀ ਮੰਗ ਤਾਂ ਮਸ਼ੀਨੀ ਦਵਾਂ ਜੀ, ਤੁਹਾਨੂੰ 10 ਦਿਨ ਦਾ ਕੰਮ ਹੈ ਜੀ ਅੱਗ ਲਾਉਣ ਦਾ ਜੀ, ਅਤੇ ਬਾਅਦ ਵਿੱਚ ਹੁਣ ਤੁਹਾਨੂੰ ਦੱਬ ਕੇ ਮਾਰਦੇ, ਕਹਿੰਦੇ ਵੀ ਐਂ ਹੋ ਜਾਓ ਹੁਣ ਜ਼ਿਮੀਂਦਾਰ ਵੀ ਕਿੱਥੇ ਜਾਓ ਜੀ, ਇਸ ਕਰਕੇ ਜੀ। ਤੇ ਬਿਲਕੁਲ ਜੀ, ਇਹ ਕਿਸਾਨਾਂ ਦਾ ਕਹਿਣਾ ਕਿ ਜਾਂ ਤਾਂ ਸਰਕਾਰ ਸਾਨੂੰ ਮਸ਼ੀਨਰੀ ਮੁਹੱਈਆ ਕਰਵਾ ਦੇਵੇ, ਜਾਂ ਫਿਰ ਜਿਹੜਾ ਉਹ ਸਾਨੂੰ ਇਹ ਤਾਨਾਸ਼ਾਹ ਰਵੱਈਆ ਜਿਹੜਾ ਹੈ ਆਪਣਾ ਉਹ ਸਾਡੇ ਪ੍ਰਤੀ ਬਦਲ ਲਵੇ। ਕੀ ਨਾਮ ਹੈ? ਨਵਜੋਤ ਸਿੰਘ ਜੀ। ਨਵਜੋਤ ਸਿੰਘ, ਇਹ ਤੁਸੀਂ ਦੇਖਿਆ ਹੋਵੇਗਾ ਹਮੇਸ਼ਾ ਹੀ ਆਪਣੇ ਘਰ ਦੇ ਵਿੱਚ ਕਿ ਹਰ ਸਾਲ ਜਦੋਂ ਸੀਜ਼ਨ ਆਉਂਦਾ ਝੋਨੇ ਦਾ ਤਾਂ ਪਰਾਲੀ ਨੂੰ ਵੀ ਅੱਗ ਲਗਾਈ ਜਾਂਦੀ ਹੈ। ਤੁਸੀਂ ਇੱਕ ਨੌਜਵਾਨ ਹੋ ਤਾਂ ਕੀ ਦੇਖ ਰਹੇ ਹੋ ਕਿ ਕਿਸਾਨੀ ਅੱਜ ਦੀ ਕਿੰਨੀ ਕੁ ਲਾਹੇਵੰਦ ਰਹਿ ਗਈ ਹੈ? ਮੈਮ, ਬਹੁਤ ਗਲਤ ਗੱਲ ਹੈ ਜੀ, ਵੀ ਪਰਾਲੀ ਨੂੰ ਅੱਗ ਲਾਉਂਦੇ, ਪਰ ਮਜਬੂਰ ਹੈ ਕਿਸਾਨ ਕੀ ਕਰਨੇ ਜੀ, ਫਿਰ ਹੁਣ ਕੋਈ ਹੋਰ ਰਸਤਾ ਨਹੀਂ ਹੈਗਾ ਜੀ। ਵੈਸੇ ਹੁਣ ਡੀਜ਼ਲ ਵੀ ਜਿਵੇਂ ਅੰਕਲ ਜੀ ਨੇ ਕਿਹਾ ਬਹੁਤ ਮਹਿੰਗਾ ਹੋ ਗਿਆ ਜੀ, ਜਿਹੜੇ ਛੋਟੇ ਕਿਸਾਨ ਆ ਜੀ ਉਹ ਖਰਚਾ ਕਿੱਥੋਂ ਕਰਨਗੇ ਜੇ ਨਹੀਂ ਪਰਾਲੀ ਨੂੰ ਅੱਗ ਲਾਉਣਗੇ ਜੀ। ਇਹ ਪ੍ਰੋਬਲਮ ਹੈ ਜੀ ਬਹੁਤ ਵੱਡੀ, ਮਜਬੂਰੀ ਵਰਨ ਕਰਨਾ ਪੈ ਰਿਹਾ। ਹਾਂਜੀ, ਕੀ ਨਾਮ ਹੈ? ਮੇਰਾ ਨਾਮ ਵਰਿੰਦਰਜੀਤ ਸਿੰਘ ਹੈ ਜੀ। ਵਰਿੰਦਰ, ਕੀ ਲੱਗਦਾ ਹੈ ਕਿ ਕਿਸਾਨਾਂ ਦੀ ਮਜਬੂਰੀ ਸਰਕਾਰ ਨਹੀਂ ਸਮਝ ਰਹੀ, ਜਾਂ ਫਿਰ ਸਰਕਾਰ ਸਭ ਕੁਝ ਜਾਣਨ ਦੇ ਬਾਵਜੂਦ ਵੀ ਜਾਣ ਬੁੱਝ ਕੇ ਜਿਹੜਾ ਇਹ ਤਾਨਾਸ਼ਾਹ ਰਵੱਈਆ ਰੱਖ ਰਹੀ ਹੈ? ਆਹ ਚੀਜ਼ ਤਾਂ ਮੈਡਮ ਨੈਸੈਸਰੀ ਹੈ ਜੀ, ਜਿਵੇਂ ਹੁਣ ਅੱਜ ਦਾ ਜਿਵੇਂ ਫੈਸਟੀਵਲ ਆ ਦੁਸ਼ਹਿਰੇ ਦਾ, ਰਾਵਣ ਆ ਜੀ, ਉਹ ਨੈਸੈਸਰੀ ਨਹੀਂ ਹੈਗਾ ਜੀ, ਪਰ ਫਿਰ ਵੀ ਆਪਾਂ ਨੂੰ ਫੂਕਦੇ ਹਾਂ ਜੀ, ਉਸ 'ਤੇ ਕਿੰਨਾ ਖਰਚਾ ਹੁੰਦਾ, ਨਾਲੇ ਕਿੰਨਾ ਪੋਲਿਊਸ਼ਨ ਹੁੰਦਾ ਜੀ ਉਸ 'ਤੇ। ਪਰ ਜਿਹੜੀ ਹੁਣ ਪਰਾਲੀ ਨੂੰ ਅੱਗ ਲਾਉਣੀ ਹੈ ਜੀ, ਆਹ ਤਾਂ ਜ਼ਰੂਰੀ ਹੈ ਜੀ, ਫਿਰ ਨਾਲੇ ਮਜਬੂਰੀ ਹੈ ਜੀ, ਇਹ ਦੋ ਚੀਜ਼ਾਂ। ਫਿਰ ਜੇ ਜੀ ਅੱਗ ਨਹੀਂ ਵੀ ਲਾਉਂਦੇ, ਮੰਨ ਲਓ ਆਪਾਂ ਖੇਤੀ ਵੀ ਐਂ ਵਾਹ ਦਿੰਦੇ ਜੀ ਵਿੱਚ, ਡੀਜ਼ਲ ਰੇਟ ਜੀ ਹਰ ਰੋਜ਼ ਮਤਲਬ ਥੋੜ੍ਹਾ ਥੋੜ੍ਹਾ ਕਰਕੇ ਵਧੀ ਆ ਰਿਹਾ ਜੀ, ਇਹ ਤਾਂ ਮਜਬੂਰੀ ਹੋਵੇ ਜੀ, ਇਹ ਤਾਂ ਲਾਉਣੀ ਪੈਣੀ ਹੈ ਜੀ, ਇਹ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਹੈਗਾ ਜੀ। ਜੇ ਹੱਲ ਆ ਸਰਕਾਰ ਜੀ ਉਹਨੂੰ ਮਤਲਬ ਸਾਬਤ ਕਰੇ, ਗਰਾਊਂਡ ਆਪਣੇ ਗਰਾਊਂਡ 'ਤੇ ਆ ਕੇ ਕਿਸਾਨ ਨਾਲ ਖੁੱਲ੍ਹ ਕੇ ਗੱਲ ਕਰੇ ਜੀ, ਇਹ ਤਾਂ ਜ਼ਰੂਰੀ ਹੈ ਜੀ। ਬਹੁਤ ਬਹੁਤ ਸ਼ੁਕਰੀਆ। ਕੀ ਨਾਮ ਹੈ? ਕੇਸਰ ਸਿੰਘ। ਸਰਕਾਰ ਕਹਿੰਦੀ ਹੈ ਕਿ ਕਿਸਾਨ ਜੇਕਰ ਪਰਾਲੀ ਸਾੜਨਗੇ ਤਾਂ ਉਹਦੇ ਨਾਲ ਪ੍ਰਦੂਸ਼ਣ ਜਿਹੜਾ ਹੈ ਉਹ ਹੋ ਰਿਹਾ ਹੈ, ਲੋਕਾਂ ਨੂੰ ਸਾਹ ਲੈਣ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਨੇ, ਦਿੱਲੀ ਤੱਕ ਜਿਹੜਾ ਪ੍ਰਦੂਸ਼ਣ ਜਾ ਰਿਹਾ। ਸੋ ਕੀ ਲੱਗਦਾ ਹੈ ਕਿ ਸਿਰਫ ਜਿੰਨੀ ਵੀ ਹਵਾ ਖਰਾਬ ਹੁੰਦੀ ਹੈ, ਸਮੋਗ ਹੁੰਦੀ ਹੈ, ਉਹ ਸਿਰਫ ਪਰਾਲੀ ਦੇ ਪ੍ਰਦੂਸ਼ਣ ਕਰਕੇ ਹੁੰਦੀ ਹੈ? ਉਹੀ ਪਰਾਲੀ ਦੇ ਪ੍ਰਦੂਸ਼ਣ ਕਰਕੇ ਨਹੀਂ ਹੁੰਦੀ। ਹੁਣ ਜਿਵੇਂ ਦਾ ਪ੍ਰਭਾਵ ਆਪਾਂ ਅੱਗ ਲਾਉਂਦੇ ਹਾਂ ਜੀ, ਜ਼ਿਮੀਂਦਾਰ ਨੂੰ ਨਹੀਂ ਕੋਈ ਪ੍ਰਦੂਸ਼ਣ ਚੜ੍ਹਦਾ ਜੀ, ਇਹਨਾਂ ਨੂੰ ਲੱਗ ਚੜ੍ਹਦਾ ਜੀ ਉੱਥੇ ਜਾ ਕੇ, ਇਹ ਦੱਸੋ ਹੈਂ। ਬਾਕੀ ਡੀਜ਼ਲ ਦੇ ਤੇਲ ਕਿੱਥੇ ਚਲੇ ਗਏ ਹੈਂ, ਵਾਹੀ ਕਰਦੇ ਹਾਂ ਤਾਂ 5-6 ਹਜ਼ਾਰ ਰੁਪਇਆ ਖਰਚਾ ਪੈਂਦਾ ਜੀ, ਇਹਦੇ ਕਰਕੇ ਹੁਣ ਜ਼ਿਮੀਂਦਾਰ ਨੂੰ ਤਾਂ ਪ੍ਰੋਬਲਮ ਤਾਂ ਕੋਈ ਕਰਨੀ ਪੈਣੀ ਜੀ, ਸਰਕਾਰ ਦਾ ਕੋਈ ਮਸਲਾ ਹੱਲ ਕਰ ਨਹੀਂ ਰਹੀ। ਸਰਕਾਰ ਨੇ ਸਾਰਾ ਜ਼ਿੰਮਾ ਜਿਹੜਾ ਹੈ ਉਹ ਕੇਂਦਰ ਸਰਕਾਰ ਦੇ ਪੱਲੇ ਸਿੱਟ ਦਿੱਤਾ ਹੈ। ਜਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਵਾਅਦੇ ਕੀਤੇ ਸੀਗੇ ਉਸ ਵੇਲੇ ਇਹ ਗੱਲ ਨਹੀਂ ਸੀ ਕਹੀ ਗਈ ਕਿ ਜੇਕਰ ਕੇਂਦਰ ਮਦਦ ਕਰੇਗੀ ਤਾਂ ਹੀ ਜਿਹੜੀ ਪੰਜਾਬ ਦੀ ਮਦਦ ਕੀਤੀ ਜਾਵੇਗੀ? ਇਹ ਤਾਂ ਸਰਕਾਰ ਦੇ ਪਲੀਸਿਆਂ ਜੀ, ਇਹਨਾਂ ਕੋਈ ਹੱਲ ਨਹੀਂ, ਨਾ ਕੇਂਦਰ ਕੋਲਾਂ ਨਾ ਪੰਜਾਬ ਕੋਲਾਂ, ਇਹਦਾ ਅੱਗ ਜ਼ਿਮੀਂਦਾਰ ਨੂੰ ਲਾਉਣੀ ਪੈਣੀ ਹੈ ਜੀ, ਜਿੰਨਾ ਮਰਜ਼ੀ ਹੈ ਉਹ ਕਰ ਲਵਾਂ ਜੀ।
ਮੰਨਦੇ ਹੋ ਕਿ ਸਰਕਾਰ ਹੱਲ ਕਰਨਾ ਚਾਹੁੰਦੀ ਨਹੀਂ ਹੈ ਜਾਂ ਫਿਰ ਸਰਕਾਰ ਚਾਹ ਕੇ ਵੀ ਜਿਹੜਾ ਜਾਣ ਬੁੱਝ ਕੇ ਨਹੀਂ ਕਰ ਰਹੀ? ਜਾਣ ਬੁੱਝ ਤੇ ਵੀ ਨਹੀਂ ਕਰਦੀ ਜੀ ਇਹ ਤਾਂ, ਹਾਂਜੀ ਹੋਰਾਂ ਕੋਲ ਕੋਈ ਉਹ ਨਹੀਂ। ਹੁਣ ਫੈਕਟਰੀਆਂ ਕਿੰਨਾ ਪ੍ਰਦੂਸ਼ਣ ਹੁੰਦਾ ਜੀ, ਹੈਂ ਗੱਡੀਆਂ ਕਿੰਨੀਆਂ ਚੱਲਦੀਆਂ, ਉਹਨਾਂ ਦਾ ਕਿੰਨਾ ਪ੍ਰਦੂਸ਼ਣ ਹੈ। ਇਹ ਸਾਰਾ ਹੀ 10 ਦਿਨ ਦਾ ਸੀਜ਼ਨ ਹੁੰਦਾ ਜੀ, ਇਹ 10 ਦਿਨ ਦੇ ਵਿੱਚ ਬਾਅਦ ਕਿਆ ਹੋ ਜੂਗਾ ਇਹ ਤਾਂ ਦੱਸੋ। ਤੁਸੀਂ ਕੀ ਮੰਨਦੇ ਹੋ ਕਿ ਫਿਰ ਵੀ ਜਿਹੜਾ ਇਹ 10 ਦਿਨ ਦੇ ਵਿੱਚ ਕਿੰਨੇ ਕੁ ਪਰਸੈਂਟ ਪ੍ਰਦੂਸ਼ਣ ਪੈਦਾ ਹੁੰਦਾ? ਇਹਦੇ ਗੱਲ ਕੋਈ ਇੰਨਾ ਪ੍ਰਦੂਸ਼ਣ ਨਹੀਂ ਜੀ ਹੁੰਦਾ, ਇਹਦਾ ਇੱਕ ਗੱਲ ਅੱਗ ਲੱਗੀ ਆ ਇੱਕਦਮ ਉਹ ਖਤਮ ਹੋ ਜਾਣਾ, ਇਹਦਾ ਕੋਈ ਉਹ ਨਹੀਂ। ਇਹਦਾ ਸਰਕਾਰ ਦੀਆਂ ਗੱਲਾਂ ਜੀ ਕਹਿਣ ਦਾ। ਹੁਣ ਫੈਕਟਰੀਆਂ ਦੇਖੋ ਕਿੰਨੀਆਂ ਚੱਲਦੀਆਂ ਜੀ, ਮਿੱਲ ਕਿੰਨੇ ਚੱਲਦੇ ਆ, ਕਿਸੇ ਉਹਨਾਂ ਪਰ ਤਾਂ ਕੋਈ ਐਕਸ਼ਨ ਲੈਂਦੀ ਨਹੀਂ ਸਰਕਾਰ। ਇਹ ਜ਼ਿਮੀਂਦਾਰਾਂ ਪਰ ਪੈ ਜਾਂਦੇ ਆ ਕੇ, ਜ਼ਿਮੀਂਦਾਰ ਕਿੱਥੇ ਜਾਊਗਾ, ਛੋਟਾ ਜ਼ਿਮੀਂਦਾਰ ਵਾਲਾ ਉਹ ਖਰਚਾ ਕਿੱਥੇ ਦਾ ਕਰ ਦੂਗਾ ਜੀ? ਉਹਦੇ ਨੂੰ ਦੇਖੋ ਆਪਾਂ ਕਿਰਾਏ ਪਰ ਉਹ ਕਰਾਉਂਦੇ ਹਾਂ ਬਾਈ, ਮੈਂ ਕਹਿੰਦਾ 7-8 ਹਜ਼ਾਰ ਰੁਪਏ ਖਰਚਾ ਕਿੱਲੇ ਪਰ ਪੈਂਦਾ ਜੀ, ਕਿੱਥੇ ਦਾ ਕਰਾਊਗਾ ਛੋਟਾ ਜ਼ਿਮੀਂਦਾਰ? ਇਹ ਦੱਸ ਮੰਗ ਕੀ ਕਰ, ਮੰਗਦਾ ਇਹੀ ਆ ਜੀ ਸਰਕਾਰ ਨੂੰ ਕੋਈ ਇਹਦਾ ਮਸਲਾ ਕੋਈ ਲੱਭਣਾ ਚਾਹੀਦਾ, ਪਰ ਲੱਭ ਰਹੀ ਨਹੀਂ ਸਰਕਾਰ ਕੋਈ। ਹਾਂਜੀ ਸ਼ੁਕਰੀਆ। ਸੋ ਇਹ ਪੰਜਾਬ ਦਾ ਕਿਸਾਨ ਹੈ, ਤੁਸੀਂ ਦੇਖਿਆ ਕਿ ਹਰ ਇੱਕ ਕਿਸਾਨ ਦੀ ਇੱਕੋ ਹੀ ਜਿਹੜੀ ਜ਼ੁਬਾਨ 'ਤੇ ਗੱਲ ਹੈ ਕਿ ਸਰਕਾਰ ਮਦਦ ਕਰੇ, ਸਰਕਾਰ ਮਸ਼ੀਨਰੀ ਉਪਲਬਧ ਕਰਾਵੇ, ਕਿਉਂਕਿ ਜੇਕਰ ਸਰਕਾਰ ਮਸ਼ੀਨਰੀ ਉਪਲਬਧ ਕਰਵਾ ਦੇਵੇਗੀ ਤਾਂ ਇਹ ਕਿਸਾਨ ਜਿਹੜੇ ਆ ਉਹ ਪਰਾਲੀ ਨੂੰ ਅੱਗ ਨਹੀਂ ਲਾਉਣਗੇ। ਪਰ ਕਿਉਂਕਿ ਸਰਕਾਰ ਵੱਲੋਂ ਜਿਹੜੀ ਆ ਉਹ ਮਸ਼ੀਨਰੀ ਨਹੀਂ ਮੁਹੱਈਆ ਕਰਵਾਈ ਜਾ ਰਹੀ, ਨਾ ਹੀ ਮੁਆਵਜ਼ਾ ਦਿੱਤਾ ਜਾ ਰਿਹਾ, ਇਸ ਕਰਕੇ ਮਜਬੂਰੀ ਵਸ਼ ਜਿਹੜਾ ਇਹਨਾਂ ਕਿਸਾਨਾਂ ਨੂੰ ਜਿਹੜਾ ਆਪਣੀ ਪਰਾਲੀ ਨੂੰ ਜਿਹੜਾ ਉਹ ਅੱਗ ਦੇ ਹਵਾਲੇ ਕਰਨਾ ਪੈ ਰਿਹਾ। ਅਤੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਦੀ, ਪੰਜਾਬ ਸਰਕਾਰ ਨੇ ਸਾਰਾ ਜ਼ਿੰਮਾ ਜਿਹੜਾ ਕੇਂਦਰ ਸਰਕਾਰ 'ਤੇ ਸੁੱਟ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਹੈ ਅਤੇ ਉਸ ਦੌਰਾਨ ਫਿਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਹਾਲਾਂਕਿ ਅਜੇ ਤੱਕ ਕੇਂਦਰ ਵੱਲੋਂ ਜਿਹੜਾ ਕੋਈ ਜਵਾਬ ਨਹੀਂ ਦਿੱਤਾ ਗਿਆ ਕਿ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਜਾਂ ਨਹੀਂ। ਤਾਂ ਫਿਰ ਇੱਕ ਵੱਡਾ ਸਵਾਲ ਉੱਠਦਾ ਹੈ ਕਿ ਆਖਿਰਕਾਰ ਪਰਾਲੀ ਦਾ ਜਿਹੜਾ ਪ੍ਰਦੂਸ਼ਣ ਹੋ ਰਿਹਾ ਉਹਦੇ ਲਈ ਜ਼ਿੰਮੇਵਾਰ ਕਿਸਾਨ ਨੇ ਜਾਂ ਫਿਰ ਸਰਕਾਰ ਹੈ? ਫਿਲਹਾਲ ਰੁਕਦੇ ਹਾਂ ਇੱਕ ਹੋਰ ਛੋਟੇ ਜਿਹੇ ਬ੍ਰੇਕ ਦੇ ਲਈ, ਤੁਸੀਂ ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ। ਅਤੇ ਪੰਜਾਬ ਬੋਲਦਾ ਦੇ ਵਿੱਚ ਅੱਜ ਦੇਸ਼ ਦਾ ਅੰਨਦਾਤਾ ਗੱਲ ਕਰ ਰਿਹਾ, ਆਪਣੀਆਂ ਸਮੱਸਿਆਵਾਂ ਦੀ ਗੱਲ ਕਰ ਰਿਹਾ ਕਿ ਆਖਿਰਕਾਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਕਰਕੇ ਹੀ ਜਿਹੜਾ ਇਹ ਕਿਸਾਨ ਆ ਪਰਾਲੀ ਸਾੜਨ ਨੂੰ ਮਜਬੂਰ ਹੋ ਰਹੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ? ਮਨਜੀਤ ਸਿੰਘ ਜੀ। ਮਨਜੀਤ ਸਿੰਘ, ਸਰਕਾਰ ਕਹਿ ਰਹੀ ਹੈ ਕਿ ਕਿਸਾਨ ਪਰਾਲੀ ਨੂੰ ਅੱਗ ਲਾ ਰਹੇ ਨੇ, ਕਿਸਾਨਾਂ 'ਤੇ ਕਾਰਵਾਈ ਕੀਤੀ ਜਾਵੇਗੀ, ਪਰ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਨਾ ਤਾਂ ਮਸ਼ੀਨਰੀ ਮੁਹੱਈਆ ਹੋ ਰਹੀ ਹੈ, ਨਾ ਹੀ ਮੁਆਵਜ਼ਾ ਦਿੱਤਾ ਜਾ ਰਿਹਾ। ਕੀ ਸਮਝਦੇ ਹੋ ਕਿ ਆਖਿਰਕਾਰ ਕੀ ਮਜਬੂਰੀ ਹੈ ਜਿਹੜਾ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਦੇ ਹਵਾਲੇ ਕਰਨਾ ਪੈ ਰਿਹਾ? ਕਿਸਾਨ ਦੇ ਕੋਲ ਇੱਦਾਂ ਜੀ, ਇੱਕ ਤਾਂ ਜ਼ਮੀਨ ਬਹੁਤ ਥੋੜ੍ਹੀ ਆ, ਥੋੜ੍ਹੀ ਜ਼ਮੀਨ ਹੋਣ ਕਰਕੇ ਨਾ ਤਾਂ ਕੋਈ ਬਹੁਤਾ ਵਧੀਆ ਕੋਈ ਇੱਦਾਂ ਦਾ ਜੋ ਮਸ਼ੀਨਰੀ ਆ ਖਰੀਦ ਨਹੀਂ ਸਕਦਾ ਜੀ। ਅਤੇ ਆਰਥਿਕ ਮੰਦੀ ਹਾਲਤ ਆ, ਜ਼ਮੀਨਾਂ ਪਰ ਲਿਮਟਾਂ ਬਹੁਤ ਬਣੀਆਂ ਹੋਈਆਂ ਪਹਿਲਾਂ ਹੀ। ਅਤੇ ਦੂਜੀ ਗੱਲ ਇਹ ਹੈ ਜੀ ਵੀ ਤੇਲ ਆ ਜਿਹੜਾ ਡੀਜ਼ਲ ਬਹੁਤ ਜ਼ਿਆਦਾ ਮਹਿੰਗਾ ਹੋ ਚੁੱਕਿਆ ਹੈ। ਇੱਕ ਵਾਰ ਖੇਤ ਵਾਹੇ ਤਾਂ ਨਹੀਂ ਬਣਦਾ, ਅੱਗੇ ਇੱਕ ਵਾਰ ਵਾਹੇ ਤਾਂ ਕਣਕ ਬੀਜ ਹੋ ਜਾਂਦੀ, ਹੁਣ 5-6 ਵਾਰ ਵਾਹੁਣਾ ਪੈ ਰਿਹਾ। ਅਤੇ ਇੱਕ ਜੀਰੀ ਦਾ ਝਾੜ ਇਸ ਵਾਰ ਬਹੁਤ ਘੱਟ ਗਿਆ। ਅਤੇ ਇਹ ਸਮੱਸਿਆਵਾਂ ਕਰਕੇ ਸਾਰੇ ਕਰਕੇ ਜ਼ਿਮੀਂਦਾਰ ਬਹੁਤ ਕਮਜ਼ੋਰ ਆ। ਵੀ ਕਿਸਾਨ ਜਿਵੇਂ ਸਰਕਾਰ ਨੂੰ ਵੀ ਚਾਹੀਦਾ ਵੀ ਇਹਨੂੰ ਅੱਗ ਲਈ ਜਾਵੇ। ਆਮ ਫੈਕਟਰੀਆਂ ਫੁਕਟਰੀਆਂ ਤੁਸੀਂ ਬਾਹਰ ਦੇਖਦੇ ਹਾਂ ਕਿੰਨਾ ਪ੍ਰਦੂਸ਼ਣ ਹੋ ਰਿਹਾ, ਵੀ ਜ਼ਿਮੀਂਦਾਰ ਪਰ ਇਕੱਲੇ ਪਰ ਕਿਉਂ ਇਹ ਵੀ ਜ਼ਿਮੀਂਦਾਰ ਕਰਕੇ ਹੀ ਸਾਰਾ ਕੰਮ ਹੋ ਰਿਹਾ। ਦਿੱਲੀ ਸਰਕਾਰ ਨੇ ਵੀ ਕੱਲ੍ਹ ਕਿਹਾ ਹੈ ਕਿ ਦਿੱਲੀ ਦੀ ਜਿਹੜੀ ਹਵਾ ਖਰਾਬ ਹੋ ਰਹੀ ਹੈ ਉਹਦੇ ਲਈ ਕਿਸਾਨਾਂ ਦੀ ਪਰਾਲੀ ਜਿਹੜੀ ਜ਼ਿੰਮੇਵਾਰ ਹੈ। ਸੋ ਕੀ ਸਮਝਦੇ ਹੋ ਕਿ ਸਿਰਫ ਕਿਸਾਨਾਂ ਦਾ 15 ਦਿਨ ਦਾ ਜਿਹੜਾ ਪ੍ਰਦੂਸ਼ਣ ਹੈ ਉਹ ਹਵਾ ਖਰਾਬ ਕਰਦਾ? ਇਹੀ ਤਾਂ ਗੱਲ ਹੈ ਜੀ। ਹੁਣ ਸਾਡੇ ਨਾਲ ਅਸੀਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ 'ਚ ਚੁੰਨੀ ਮੰਡੀ ਤੋਂ ਬੋਲ ਰਹੇ ਹਾਂ ਜੀ, ਪੰਜਾਬ 'ਚ। ਅਤੇ ਇੱਕ ਦੇਖਿਆ ਜਾਵੇ ਸਾਡੇ ਨਾਲ ਮੰਡੀ ਗੋਬਿੰਦਗੜ੍ਹ ਹੈ ਜਿੱਥੇ ਇੰਡਸਟਰੀਜ਼ ਆ, ਉੱਥੇ ਸਾਰਾ ਸਾਲ ਰੈਗੂਲਰ ਮਿੱਲਾਂ ਚੱਲਦੀਆਂ, ਠੀਕ ਹੈ ਜੀ। ਅੰਤਾਂ ਦਾ ਪ੍ਰਦੂਸ਼ਣ ਉੱਥੇ ਹੋ ਰਿਹਾ ਹੈ, ਜਦਕਿ ਕਿਸਾਨ ਦਾ 15 ਦਿਨ ਦਾ ਪ੍ਰਦੂਸ਼ਣ ਤਾਂ ਇਹ ਗੌਰਮੈਂਟ ਨੂੰ ਦਿਖ ਰਿਹਾ ਹੈ, ਜਦਕਿ ਜਿਹੜਾ ਰੈਗੂਲਰ ਸਾਲਾਂ ਤੋਂ ਚੱਲਦਾ ਆ ਰਿਹਾ ਉਹ ਕਿਸੇ ਨੂੰ ਦਿਖਾਈ ਨਹੀਂ ਦੇ ਰਿਹਾ। ਜਦਕਿ ਅਸੀਂ ਤਾਂ ਕਿਸਾਨਾਂ ਨਾਲ ਇੱਕਜੁੱਟ ਹੋ ਕੇ ਕਿਹਾ ਵੀ ਅੱਗ ਲਾਵਾਂਗੇ, ਅਤੇ ਇਹੀ ਸਾਡਾ ਹੱਲ ਹੈ ਜੀ। ਸਰਕਾਰ ਨਾਲ ਸਿੱਧੇ ਸਿੱਧੇ ਆਰ ਪਾਰ ਦੀ ਲੜਾਈ ਦੇ ਮੂਡ ਦੇ ਵਿੱਚੋਂ ਸਰਕਾਰ ਨੇ ਨਿਗਰਾਨੀ ਰੱਖਣ ਦੇ ਲਈ ਨੋਡਲ ਅਫਸਰ ਵੀ ਜਿਹੜੇ ਨਿਯੁਕਤ ਕੀਤੇ ਨੇ, ਪਰ ਬਾਵਜੂਦ ਇਸ ਦੇ ਤੁਸੀਂ ਐਲਾਨ ਕਰ ਚੁੱਕੇ ਹੋ ਕਿ ਜਦ ਤੱਕ ਹੱਲ ਨਹੀਂ ਹੋਊਗਾ ਅਸੀਂ ਪਰਾਲੀ ਸਾੜਾਂਗੇ। ਬਿਲਕੁਲ, ਸ਼ੁਕਰੀਆ। ਕੀ ਨਾਮ ਹੈ ਜੀ? ਹਰਪਾਲ ਸਿੰਘ ਜੀ। ਹਰਪਾਲ ਸਿੰਘ ਜੀ, ਕੀ ਆਖਿਰਕਾਰ ਮਜਬੂਰੀ ਹੈ ਕਿ ਤੁਹਾਨੂੰ ਪਰਾਲੀ ਜਿਹੜੀ ਹੈ ਉਹ ਅੱਗ ਦੇ ਹਵਾਲੇ ਕਰਨੀ ਪੈ ਰਹੀ ਹੈ? ਹਾਂਜੀ, ਸਾਡੇ ਕੋਲ ਟਰੈਕਟਰ ਨਹੀਂ ਹੈ ਜੀ ਵਾਹੁਣ ਵਾਸਤੇ, ਅਸੀਂ ਮੁੱਲ ਵਹਾਵਾਂਗੇ ਤਾਂ ਰੇਟ ਬਹੁਤ ਹੈ, ਹੋਰ ਨਾ ਸਾਡੇ ਕੋਲ ਸਾਧਨ ਆ ਕੋਈ ਕਰਨੇ ਦਾ, ਹੋਰ ਅੱਗ ਤੋਂ ਬਗੈਰ ਸਾਡੇ ਪਾਸ ਕੋਈ ਹਿੱਲਾ ਨਹੀਂ ਹੈ ਜੀ। ਹਾਂਜੀ, ਹੁਣ ਇੰਨੀਆਂ ਫੈਕਟਰੀਆਂ ਲੱਗੀਆਂ ਹੋਈਆਂ, ਹੋਰ ਆਲੇ ਦੁਆਲੇ ਵੀ ਹੋਵੇ, ਹੁਣ ਸਾਡੇ ਦਾ 5-7 ਦਿਨ ਦਾ ਕੰਮ ਹੈ, ਇਹਦੇ ਕਰਕੇ ਵੀ ਸਾਨੂੰ ਮਜ਼ਬੂਰੀ ਅੱਗੇ ਅੱਗ ਲਾਉਣੀ ਪੈਣੀ ਹੈ। ਬਹੁਤ ਸਾਰੇ ਕਿਸਾਨ ਨੇ ਜਿਹੜੇ ਗੱਲ ਕਹਿੰਦੇ ਨੇ ਕਿ ਪਰਾਲੀ ਜਿਹੜੀ, ਤਕਰੀਬਨ ਸਾਰੇ ਕਿਸਾਨ ਕਹਿੰਦੇ ਨੇ ਕਿ ਪਰਾਲੀ ਸਾੜਨਾ ਸਾਡਾ ਸ਼ੌਂਕ ਨਹੀਂ ਸਾਡੀ ਮਜ਼ਬੂਰੀ ਆ, ਕਿਉਂਕਿ ਇਹਦੇ ਨਾਲ ਸਾਡੀ ਵੀ ਜ਼ਮੀਨ ਦੀ ਬੰਜਰ ਜਿਹੜੀ ਬੰਜਰ ਹੁੰਦੀ ਆ, ਉਪਜਾਊ ਸ਼ਕਤੀ ਘੱਟਦੀ ਹੈ।
ਜਿਹੜਾ ਪ੍ਰਦੂਸ਼ਣ ਹੈ ਇਹ ਸਰਕਾਰਾਂ ਦੇ ਨੱਕ ਨੂੰ ਤਾਂ ਚੜ੍ਹ ਰਿਹਾ ਹੈ, ਕੀ ਇਹ ਧੂੰਆਂ ਜਿਹੜਾ ਸਿਰਫ ਲੋਕਾਂ ਦੇ ਨੱਕ ਨੂੰ ਚੜ੍ਹ ਰਿਹਾ, ਕਿਸਾਨਾਂ ਦੇ ਨੱਕ ਨੂੰ ਨਹੀਂ ਚੜ੍ਹ ਰਿਹਾ? ਇਸੀ ਬੈਠੇ ਹੈ ਅਸੀਂ ਤਾਂ ਬਾਹਰ ਫਿਰਦੇ ਹਾਂ, ਪਦੂਆਂ ਸਾਨੂੰ ਚੜ੍ਹਦਾ ਉਹਨਾਂ ਥੋੜ੍ਹਾ ਚੜ੍ਹਦਾ, ਉਹਨਾਂ ਪਦੂ ਗੱਡੀਆਂ ਵਿੱਚ ਵੀ ਏਸੀ ਲੱਗੇ, ਉਹਨਾਂ ਦੇ ਦਫ਼ਤਰ ਵੀ ਏਸੀ ਲੱਗੇ ਹੋਏ ਆ, ਅਸੀਂ ਆਹ ਦੇਖੋ ਹੁਣ ਵੀ ਬਾਹਰ ਪਦੂਰ ਸਿੰਘ ਜੀ ਬੈਠੇ ਹਾਂ। ਸਿਰਫ ਇਸ ਮਾਮਲੇ ਨੂੰ ਤੂਲ ਦਿੱਤਾ ਜਾ ਰਿਹਾ, ਹਾਂ ਤੂਲ ਦਿੱਤਾ ਜਾ ਰਿਹਾ, ਹੁਣ ਕਿਆ ਪ੍ਰਦੂਸ਼ਣ ਸਾਨੂੰ ਤਾਂ ਦੇਖੋ ਜੀ ਕਿੰਨਾ ਕਰਦਾ ਆ ਰਿਹਾ, ਫਿਰ ਸਾਡੇ ਵਾਸਤੇ ਪ੍ਰਦੂਸ਼ਣ, ਸਾਡੇ ਵਾਸਤੇ ਉਹਨਾਂ ਵਾਸਤੇ ਕੋਈ ਪ੍ਰਦੂਸ਼ਣ ਨਹੀਂ। ਹਾਂਜੀ ਬਿਲਕੁਲ ਸਹੀ ਗੱਲ ਇਹਨਾਂ ਨੇ ਕਹੀ ਹੈ ਕਿ ਇਹ ਪ੍ਰਦੂਸ਼ਣ ਤਾਂ ਜਿਹੜਾ ਕਿਸਾਨਾਂ ਨੂੰ ਚੜ੍ਹਦਾ ਹੈ, ਪਰਾਲੀ ਦਾ ਧੂੰਆਂ ਜਿਹੜਾ ਕਿਸਾਨਾਂ ਦੇ ਨੱਕ ਨੂੰ ਚੜ੍ਹਨਾ ਚਾਹੀਦਾ, ਸਰਕਾਰ ਤਾਂ ਸਿਰਫ ਇਸ ਮਾਮਲੇ ਨੂੰ ਤੂਲ ਦੇ ਕੇ ਸਿਆਸਤ ਕਰ ਰਹੀ ਹੈ। ਹੋਰ ਕਿਸਾਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਉਹ ਕੀ ਸੋਚਦੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ? ਗੁਰਚਰਨ ਸਿੰਘ ਜੀ। ਗੁਰਚਰਨ ਸਿੰਘ ਜੀ, ਹਰ ਸਾਲ ਹੀ ਜਦੋਂ ਹੀ ਝੋਨੇ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਉਦੋਂ ਤੋਂ ਹੀ ਪਰਾਲੀ ਦੀ ਸਮੱਸਿਆ ਜਿਹੜੀ ਹੈ ਉਹ ਖੜੀ ਹੋ ਜਾਂਦੀ ਹੈ, ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ, ਚਾਹੇ ਉਹ ਦੂਜੇ ਸੂਬਿਆਂ ਦੀਆਂ ਸਰਕਾਰਾਂ ਹੋਣ, ਸਾਰੀਆਂ ਕਿਸਾਨਾਂ ਨੂੰ ਪ੍ਰਦੂਸ਼ਣ ਦੇ ਲਈ ਜ਼ਿੰਮੇਵਾਰ ਠਹਿਰਾਉਂਦੀਆਂ ਨੇ, ਪਰ ਕਿਸਾਨਾਂ ਦੀ ਕੀ ਹਾਲਤ ਹੈ ਉਹ ਕੋਈ ਨਹੀਂ ਜਾਣਦਾ। ਹਾਂਜੀ ਮੈਡਮ, ਖਰਚਾ ਮਤਲਬ ਇਸ ਵਾਰ ਤੇਲ ਦਾ ਮਹਿੰਗਾਈ ਇੰਨੀ ਹੋ ਗਈ, ਪਿਛਲੇ ਸੀਜ਼ਨ ਦੇ ਮੁਕਾਬਲੇ 24 ਰੁਪਏ ਲੀਟਰ ਤੇਲ ਮਹਿੰਗਾ ਹੋ ਚੁੱਕਿਆ, ਅਤੇ ਅੱਗੇ ਖੇਤ ਇੱਕ ਵਾਰ ਵਾਹੁਣਾ ਪੈਂਦਾ ਸੀ, ਹੁਣ 4 ਵਾਰ ਵਾਹੀ ਕਰਨੀ ਪੈਂਦੀ ਹੈ, ਜ਼ਿਮੀਂਦਾਰ ਕੋਲ ਜਾਂ ਇੰਨਾ ਮਤਲਬ ਖਰਚਾ ਅੱਗੇ ਨਾਲ ਦੁੱਗਣਾ ਹੋ ਰਿਹਾ ਜੀ, ਤਾਂ ਉਸਦੀ ਮਜਬੂਰੀ ਆ ਅੱਗ ਲਾਉਣੀ, ਇੱਕ ਅੱਗ ਲਾਏ ਬਿਨਾਂ ਉਹਨਾਂ ਦਾ ਮਸਲਾ ਹੱਲ ਹੁੰਦਾ ਨਹੀਂ ਹੈ, ਅਤੇ ਰੂਟਾਵੀਟਰ ਨਾਲ ਵਾਹੀ ਹਰੇਕ ਜ਼ਿਮੀਂਦਾਰ ਕਰ ਨਹੀਂ ਸਕਦਾ, ਉਹਨੂੰ 60 ਹਾਊਸ ਪਾਵਰ ਦਾ ਟਰੈਕਟਰ 50 ਹਾਊਸ ਪਾਵਰ ਦਾ ਟਰੈਕਟਰ ਖਿੱਚਦਾ ਹੈ, ਕਿ ਅੱਧੇ ਜ਼ਿਮੀਂਦਾਰਾਂ ਕੋਲ ਛੋਟੇ ਟਰੈਕਟਰ ਹੈ, ਉਹਨਾਂ ਕੋਲ ਇੰਨੀ ਵਾਹੀ ਨਹੀਂ ਹੁੰਦੀ ਜੀ, ਇਸ ਕਰਕੇ ਜ਼ਿਮੀਂਦਾਰ ਦੀ ਮਜਬੂਰੀ ਹੈ, ਉਹਨੂੰ ਇਹ ਅੱਗ ਲਾਉਣੀ ਪੈਂਦੀ ਹੈ ਜੀ। ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਪਿੰਡਾਂ ਨੂੰ ਜਿਹੜੀ ਆ ਮਸ਼ੀਨਰੀ ਭੇਜੀ ਜਾ ਰਹੀ ਹੈ, ਕੀ ਤੁਹਾਨੂੰ ਕੁਛ ਮਿਲਿਆ ਹੈ? ਨਹੀਂ ਮੈਂ ਇਹ ਤਾਂ ਮੈਡਮ ਕਹਿਣ ਕੁਹਾਣ ਦੀਆਂ ਗੱਲਾਂ, ਕਿਆ ਮਤਲਬ ਸਾਰੇ ਪਿੰਡ 'ਚ ਇੱਕ ਦੋ ਜ਼ਿਮੀਂਦਾਰਾਂ ਨੂੰ ਮਤਲਬ ਸਬਸਿਡੀ ਮਿਲਦੀ ਹੈ, ਜਾਣੀ ਉਹ ਵੀ ਤਾਂ ਕਹਿਣ ਕੁਹਾਣ ਦੀਆਂ ਗੱਲਾਂ ਹੈ, ਮਤਲਬ ਕਿਸੇ ਜ਼ਿਮੀਂਦਾਰ ਨੂੰ ਕੋਈ ਚੀਜ਼ ਪਹੁੰਚੀ ਹੈ ਜੇ ਕੋਈ, ਨਹੀਂ ਸਬਸਿਡੀ ਹਲ ਤੱਕ ਕਿਸੇ ਨੂੰ ਛੋਟੇ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ? ਨਹੀਂ ਜੀ ਨਹੀਂ ਕੋਈ ਸੁਣਵਾਈ ਨਹੀਂ। ਜਦੋਂ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਇਹ ਜਦੋਂ ਤੱਕ ਪੂਰਾ ਪਰਾਲੀ ਨੂੰ ਸਾੜਨ ਦਾ ਪ੍ਰੋਸੀਜਰ ਹੁੰਦਾ, ਇਸ ਸਾਰੇ ਕੰਮ ਨੂੰ ਟੋਟਲ ਕਿੰਨੇ ਦਿਨ 'ਚ ਤੁਹਾਨੂੰ ਲੱਗ ਜਾਂਦੇ ਨੇ? ਇਹ ਸਿਰਫ 10 ਤੋਂ 15 ਦਿਨ ਦਾ ਕੰਮ ਹੈ ਜੀ, ਇਸ ਪੂਰੇ ਸੀਜ਼ਨ ਦਾ। ਹਾਂਜੀ ਹਾਂ, 10-15 ਦਿਨਾਂ ਵਿੱਚ ਇਹ ਮਤਲਬ ਪਰਾਲੀ ਦਾ ਕੰਮ ਖਤਮ ਹੋ ਜਾਂਦਾ ਜੀ। ਹਾਂਜੀ ਹਾਂਜੀ। ਕੀ ਮੰਨਦੇ ਹੋ ਕਿ ਪਰਾਲੀ ਤੋਂ ਜਿੰਨਾ ਵੀ ਥੋੜ੍ਹਾ ਬਹੁਤਾ ਪ੍ਰਦੂਸ਼ਣ ਪੈਦਾ ਹੁੰਦਾ ਹੈ, ਆਖਿਰਕਾਰ ਕਿੰਨੇ ਕੁ ਪਰਸੈਂਟ ਤੁਸੀਂ ਮੰਨਦੇ ਹੋ ਕਿ ਪ੍ਰਦੂਸ਼ਣ ਪੈਦਾ ਹੁੰਦਾ ਹੈ? ਪ੍ਰਦੂਸ਼ਣ ਹੁੰਦਾ ਜੀ ਮੰਨਦੇ ਹਾਂ ਅਸੀਂ, ਪਰ ਪ੍ਰਦੂਸ਼ਣ ਦੇ ਨਾਲ ਜ਼ਿਮੀਂਦਾਰ ਹੁਣ ਕਰੇ ਵੀ ਕੀ, ਉਹਦੀ ਮਤਲਬ ਮਜਬੂਰੀ ਹੈ, ਮਜਬੂਰੀ ਹੈ ਜਿਹਦੇ ਕਰਕੇ ਮਤਲਬ ਉਹਦਾ ਗਾਹਾਂ ਬਿਜਾਈ ਕਰਨ ਖਾਤਰ ਖੇਤ ਤਿਆਰ ਨਹੀਂ ਹੁੰਦੇ, ਠੀਕ ਹੈ ਜੀ, ਉਹਦੇ ਕਰਕੇ ਉਹਨੂੰ ਅੱਗ ਲਾਉਣੀ ਪੈਂਦੀ ਹੈ, ਇਹ ਮੰਨਦੇ ਅਸੀਂ ਪ੍ਰਦੂਸ਼ਣ ਹੁੰਦਾ। ਇਹ ਵੀ ਗੱਲ ਨਾਲ ਹੀ ਹੈ ਕਿ ਸਿਰਫ ਕਿਸਾਨ ਜ਼ਿੰਮੇਵਾਰ ਨਹੀਂ ਨੇ ਪ੍ਰਦੂਸ਼ਣ ਲਈ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ। ਹਾਂਜੀ ਹਾਂ, ਇਹ ਤਾਂ ਮੰਨਦੇ ਅਸੀਂ, ਸਾਰੀ ਫੈਕਟਰੀ ਚੱਲਦੀਆਂ ਜੀ ਸਾਰਾ ਸਾਰਾ ਸਾਲ, ਔਰ ਗੱਡੀਆਂ ਦਾ ਪ੍ਰਦੂਸ਼ਣ ਦੇਖ ਲਓ ਕਿੰਨਾ ਹੋ ਰਿਹਾ, ਇਹ ਜ਼ਿਮੀਂਦਾਰ ਸਿਰਫ 10-15 ਦਿਨ ਦੀ ਗੱਲ ਹੈ ਜਿਹਦੇ ਕਰਕੇ ਸਾਰਾ ਮਤਲਬ ਜ਼ਿਮੀਂਦਾਰ ਪਰੇ ਲਾਇਆ ਜਾ ਰਿਹਾ। ਹਾਂਜੀ ਸੋ ਬਿਲਕੁਲ, ਬਹੁਤ ਸਾਰੇ ਕਿਸਾਨਾਂ ਦੇ ਨਾਲ ਜਿਹੜੀ ਆ ਗੱਲ ਕੀਤੀ ਹੈ, ਹਰ ਇੱਕ ਕਿਸਾਨ ਦਾ ਇਹੀ ਕਹਿਣਾ ਹੈ ਕਿ ਪਹਿਲੀ ਗੱਲ ਤਾਂ ਜਿਹੜੀ ਇਹ ਹੈ ਕਿ ਕਿਸਾਨ ਜਿਹੜਾ ਉਹ ਸਿਰਫ ਇਕੱਲੇ ਪ੍ਰਦੂਸ਼ਣ ਦੇ ਲਈ ਜ਼ਿੰਮੇਵਾਰ ਨਹੀਂ ਹੈ, 15 ਦਿਨ ਦੇ ਵਿੱਚ ਝੋਨੇ ਦਾ ਸਾਰਾ ਕੰਮ ਜਿਹੜਾ ਮੁਕੰਮਲ ਹੋ ਜਾਂਦਾ ਹੈ, ਸੋ ਇਹੀ ਪ੍ਰਦੂਸ਼ਣ 15 ਦਿਨਾਂ ਦੇ ਵਿੱਚ ਪੈਦਾ ਨਹੀਂ ਹੁੰਦਾ ਜਿਹੜਾ ਦਿੱਲੀ ਤੱਕ ਦੀ ਆਬੋ ਹਵਾ ਨੂੰ ਖਰਾਬ ਕਰਦਾ ਹੈ, ਗੱਡੀਆਂ ਦਾ ਪ੍ਰਦੂਸ਼ਣ, ਏਸੀ ਦਾ ਪ੍ਰਦੂਸ਼ਣ, ਇੰਡਸਟਰੀ ਦਾ ਪ੍ਰਦੂਸ਼ਣ ਜਿਹੜਾ ਉਹ ਵੀ ਬਰਾਬਰ ਦਾ ਜ਼ਿੰਮੇਵਾਰ ਹੈ। ਅਤੇ ਦੂਜੀ ਗੱਲ ਜਿਹੜੀ ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਸਾੜਨਾ ਉਹਨਾਂ ਦਾ ਸ਼ੌਂਕ ਨਹੀਂ, ਮਜਬੂਰੀ ਹੈ, ਸਰਕਾਰ ਉਹਨਾਂ ਨੂੰ ਮੁਆਵਜ਼ਾ ਦੇ ਦੇਵੇ, ਸਰਕਾਰ ਉਹਨਾਂ ਨੂੰ ਮਸ਼ੀਨਰੀ ਮੁਹੱਈਆ ਕਰਵਾ ਦੇਵੇ, ਉਹ ਆਪਣੀ ਜਿਹੜੀ ਪਰਾਲੀ ਹੈ ਉਹਨੂੰ ਅੱਗ ਦੇ ਹਵਾਲੇ ਨਹੀਂ ਕਰਨਗੇ। ਸੋ ਕਿਸਾਨ ਅੰਨਦਾਤਾ ਪਰਾਲੀ ਦੇ ਮੁੱਦੇ ਦੇ ਉੱਪਰ ਕੀ ਬੋਲਦਾ ਹੈ ਤੁਸੀਂ ਸੁਣਿਆ, ਪਰਾਲੀ ਦੇ ਮੁੱਦੇ 'ਤੇ ਸਿਆਸਤ ਜਿਹੜੀ ਪੂਰੀ ਤਰ੍ਹਾਂ ਵੀ ਭਖੀ ਹੋਈ ਹੈ, ਦਿੱਲੀ ਤੱਕ ਵੀ ਮਾਮਲਾ ਪਹੁੰਚ ਗਿਆ, ਪਰ ਜ਼ਮੀਨੀ ਹਕੀਕਤ ਕੀ ਹੈ ਉਹ ਤੁਸੀਂ ਇਹਨਾਂ ਕਿਸਾਨਾਂ ਦੀ ਜ਼ੁਬਾਨੀ ਸੁਣ ਲਿਆ। ਅੱਜ ਤੋਂ ਪੰਜਾਬ ਬੋਲਦਾ ਦੇ ਵਿੱਚ ਇੰਨਾ ਹੀ, ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕਿਸੇ ਨਵੇਂ ਵਿਸ਼ੇ ਦੇ ਉੱਪਰ ਕਰਾਂਗੇ ਗੱਲਬਾਤ, ਤਦ ਤੱਕ ਲਈ ਮੈਨੂੰ ਯਾਨੀ ਅੰਮ੍ਰਿਤ ਵਿਰਦੀ ਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।